ਧੰਨ ਵਾਹਿਗੁਰੂ ਸਾਹਿਬ ਜੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੋਨਾ, ਅਗਨ ਕਟੈ ਸਭ ਤੇਰੇ। ਗੁਰ ਨਾਇਣਾ ਬਾਇਣ ਗੁਰ ਗੁਰ ਕਰੂ, ਗੁਰੂ ਸਤ ਕਵ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੈਂ ਅਕਿਆਥ ਸੰਸਾਰ ਮੈਂ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਪਾਵਨ ਅਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਲੜੀਵਾਰ ਪਾਵਨ ਬਾਣੀ ਦੀ ਵਿਚਾਰ, ਜੋ ਰੋਜ਼ਾਨਾ ਇਸ ਪਾਵਨ ਅਸਥਾਨ ਤੋਂ ਆਪ ਜੀ ਸਰਵਣ ਕਰਦੇ ਹੋ, ਇਸ ਲੜੀ ਦੇ ਤਹਿਤ ਅੱਜ ਦਾ ਪਾਵਨ ਪਵਿੱਤਰ ਬਚਨ ਸ਼ਹੀਦਾਂ ਦੇ ਸਿਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਆਸਾ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 407 ਉੱਪਰ ਸੁਭਾਏਮਾਨ ਹੈ। ਗੁਰੂ ਪਿਤਾ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਰੀ ਸੰਗਤ ਇੱਕੇ ਵਾਰ ਕਹਿਣ ਤੇ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਪਵਿੱਤਰ ਬਚਨ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ ਕਿ ਸੰਸਾਰ ਦੇ ਅੰਦਰ ਹਰ ਮਨੁੱਖ ਕਿਸੇ ਨਾ ਕਿਸੇ ਨਾਲ ਪਿਆਰ ਪਾ ਕੇ ਬੈਠਾ ਹੈ, ਪਰ ਜਿਸ ਪਿਆਰ ਦਾ ਜ਼ਿਕਰ, ਜਿਸ ਪਿਆਰ ਦੀ ਬਾਤ ਗੁਰੂ ਪਿਤਾ ਜੀ ਨੇ ਅੱਜ ਦੇ ਪਾਵਨ ਬਚਨ ਵਿੱਚ ਪਾਈ ਹੈ, ਜੇ ਉਹ ਪਿਆਰ ਉਹ ਮੁਹੱਬਤ ਸੰਸਾਰ ਦੇ ਜੀਵਾਂ ਨੂੰ ਕਰਨੀ ਆ ਜਾਏ ਤਾਂ ਜੀਵਨ ਬੜਾ ਸੋਹਣਾ ਬਣ ਸਕਦਾ ਹੈ। ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਉਹ ਨਵਾਂ ਨਵੇਲਾ, ਉਹ ਜਿਹੜਾ ਨੇਹ ਹੈ, ਉਹਦਾ ਪ੍ਰੇਮ ਹੈ, ਉਹ ਬੜਾ ਨਵੇਲਾ ਹੈ, ਸੱਜਰਾ ਹੈ। ਸੰਸਾਰ ਦੇ ਜਿੰਨੇ ਵੀ ਪ੍ਰੇਮ ਹਨ, ਪਿਆਰ ਹਨ, ਸਮਾਂ ਪਾ ਕੇ ਫਿੱਕੇ ਪੈ ਜਾਂਦੇ ਹਨ, ਉਹ ਨੇਹ ਦਾ ਅਰਥ ਹੈ ਪ੍ਰੇਮ, ਪਿਆਰ, ਮੁਹੱਬਤ। ਨਵੇਲਾ ਦਾ ਅਰਥ ਹੈ ਸੱਜਰਾ, ਤਾਜ਼ਾ। ਸੰਸਾਰ ਦੇ ਅੰਦਰ ਜਿੰਨੇ ਵੀ ਪਿਆਰ ਹਨ, ਸਮਾਂ ਪਾ ਕੇ ਫਿੱਕੇ ਪੈਣ ਦਾ ਕਾਰਨ ਇਹ ਹੈ ਕਿ ਉਹ ਜਿਹੜੇ ਸੰਸਾਰ ਦੇ ਪਿਆਰ ਹਨ, ਉਹ ਕੁਝ ਸਵਾਰਥ ਦੀਆਂ ਨੀਹਾਂ ਦੇ ਉੱਤੇ ਟਿਕੇ ਹੋਏ ਹਨ। ਪਰਮਾਤਮਾ ਨਾਲ ਜਿਹੜਾ ਪਿਆਰ ਹੈ ਜਾਂ ਪਰਮਾਤਮਾ ਦਾ ਜੋ ਪਿਆਰ ਹੈ, ਉਹ ਸੱਜਰਾ ਇਸ ਕਰਕੇ ਹੈ, ਉਹ ਕਿਸੇ ਸਵਾਰਥ ਦੇ ਅਧੀਨ ਨਹੀਂ ਬੱਝਾ ਹੋਇਆ। ਜੇ ਆਪਾਂ ਪਿਆਰ ਦੀ ਗੱਲ ਗੁਰਬਾਣੀ ਚੋਂ ਪੜ੍ਹੀਏ ਤਾਂ ਭਗਤ ਫਰੀਦ ਜੀ ਪਾਵਨ ਰਸਨਾ ਤੋਂ ਬੜਾ ਸੁੰਦਰ ਫਰਮਾਨ ਕਰਦੇ ਹਨ। ਭਗਤ ਫਰੀਦ ਜੀ ਕਹਿੰਦੇ ਹਨ, ਜੇ ਪਿਆਰ ਹੋਵੇ ਮਨੁੱਖ ਦਾ ਮਨੁੱਖ ਨਾਲ, ਇੱਕ ਜੀਵ ਦਾ ਦੂਜੇ ਜੀਵ ਨਾਲ, ਤੇ ਪਿਆਰ ਦੀ ਨੀਂਹ ਹੋਵੇ ਲੋਭ, ਉਹ ਪਿਆਰ ਜ਼ਿਆਦਾ ਦੇਰ ਨਿਭ ਨਹੀਂ ਸਕਦਾ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਾਂ ਲੱਭ ਤਾਂ ਨੀਂਹ ਕਿਹਾ, ਜੇ ਲੋਭ ਹੈ ਤੇ ਪਿਆਰ ਕਾਹਦਾ ਸਵਾਲੀਆ ਚਿੰਨ੍ਹ ਹੈ।
ਜਿਹੜਾ ਪਿਆਰ ਲੋਭ ਤੇ ਖਲੋਤਾ ਹੈ ਉਹ ਪਿਆਰ ਨਹੀਂ ਹੈ, ਉਹ ਇੱਕ ਖਾਨਾ ਪੂਰਤੀ ਹੈ। ਜਦੋਂ ਤੱਕ ਲੋਭ ਪੂਰਾ ਹੁੰਦਾ ਰਹੇਗਾ, ਲੋਭ ਦੀ ਪੂਰਤੀ ਹੁੰਦੀ ਰਹੇਗੀ, ਉਦੋਂ ਤੱਕ ਜੀਵ ਨੂੰ ਜੀਵ ਚੰਗਾ ਲੱਗੇਗਾ। ਇਹਨੂੰ ਜੇ ਆਪਾਂ ਸੰਸਾਰ ਦੇ ਤਲ ਤੇ ਵਿਚਾਰ ਕੇ ਵੇਖੀਏ ਤੇ ਸੰਸਾਰ ਦੇ ਤਲ ਤੇ ਬੜੀ ਸੋਹਣੀ ਗੱਲ ਹੈ, ਆ ਸਾਲ ਬਾਅਦ ਇੱਕ ਤਿਉਹਾਰ ਜੋ ਸਾਡੇ ਇਸ ਦੇਸ਼ ਵਿੱਚ ਮਨਾਇਆ ਜਾਂਦਾ ਹੈ। ਵੈਸੇ ਇਸ ਤਿਉਹਾਰ ਨਾਲ ਸਿੱਖ ਦਾ ਕੋਈ ਸੰਬੰਧ ਨਹੀਂ, ਪਰ ਜੋੜਿਆ ਗਿਆ ਹੈ ਤੇ ਸਿੱਖ ਜੁੜ ਚੁੱਕਾ ਹੈ। ਇਤਿਹਾਸਕ ਦਿਨ ਭਾਵੇਂ ਸਿੱਖ ਨੂੰ ਭੁੱਲ ਜਾਣ, ਜਿਹਨੂੰ ਅਸੀਂ ਰੱਖੜੀ ਦਾ ਤਿਉਹਾਰ ਕਹਿੰਦੇ, ਰੱਖਿਆ ਬੰਧਨ ਕਹਿੰਦੇ ਹਾਂ। ਕੁਝ ਲਿਖਾਰੀਆਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਰੇ ਕੁਝ ਐਸਾ ਲਿਖਿਆ ਵੀ ਹੈ, ਤੇ ਕਵੀ ਚਿੱਤਰਕਾਰਾਂ ਨੇ ਗੁਰੂ ਨਾਨਕ ਸਾਹਿਬ ਦੀ ਐਸੀ ਤਸਵੀਰ ਵੀ ਬਣਾ ਦਿੱਤੀ ਕਿ ਬੇਬੇ ਨਾਨਕੀ ਜੀ ਦੇ ਕੋਲ ਬੈਠੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰੱਖੜੀ ਬਣਾ ਰਹੇ ਨੇ। ਹੁਣ ਕੁਦਰਤੀ ਗੱਲ ਹੈ, ਜੋ ਮਨੁੱਖ ਸਾਹਮਣੇ ਵੇਖਦਾ ਉਹਦੇ ਅਸਰ ਤੇ ਉਹਦੇ ਸਰੀਰ ਤੇ ਉਹਦੇ ਦਿਮਾਗ ਤੇ ਜ਼ਰੂਰ ਹੁੰਦਾ ਹੈ। ਹੁਣ ਭਾਗਾਂ ਵਾਲੇ ਜਿਨ੍ਹਾਂ ਨੇ ਤੇ ਪੜ੍ਹਿਆ ਇਤਿਹਾਸ, ਉਹਨਾਂ ਨੂੰ ਪਤਾ ਹੋਏਗਾ ਕਿ ਕਈ ਕਈ ਸਾਲ ਬਾਅਦ ਗੁਰੂ ਨਾਨਕ ਸਾਹਿਬ ਦਾ ਸੰਦੇਸ਼ਾ ਘਰ ਆਉਂਦਾ ਸੀ, ਜਦੋਂ ਪ੍ਰਚਾਰ ਫੇਰਿਆਂ ਤੇ ਗਏ ਨੇ, ਜਦੋਂ ਪ੍ਰਚਾਰ ਦੌਰਿਆਂ ਤੇ ਨਿਕਲੇ ਨੇ ਮਹਾਰਾਜ, ਤੇ ਕਈ ਕਈ ਚਿਰ ਬਾਅਦ ਉਹਨਾਂ ਦਾ ਸੰਦੇਸ਼ਾ ਘਰ ਆਉਂਦਾ ਸੀ ਕਿ ਫਲਾਣੇ ਇਲਾਕੇ ਵਿੱਚ ਅਸੀਂ ਠੀਕ ਠਾਕ ਜੋ ਆਪਣਾ ਮਕਸਦ ਲੈ ਕੇ ਤੁਰੇ ਹਾਂ ਉਹਦੇ ਵਿੱਚ ਅਸੀਂ ਆਪਣੀ ਪੂਰਤੀ ਕਰ ਰਹੇ ਹਾਂ, ਬਹੁਤ ਵਧੀਆ ਤਰੀਕੇ ਨਾਲ ਉਹ ਕਾਰਜ ਨੇਪਰੇ ਚੜ੍ਹਾ ਰਹੇ ਹਾਂ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਬੇਬੇ ਨਾਨਕ ਜੀ ਦਾ ਜੋ ਪਿਆਰ ਹੈ ਉਹ ਰੱਖੜੀ ਦੇ ਰੂਪ ਵਿੱਚ ਕੁਝ ਚਿੱਤਰਕਾਰਾਂ ਨੇ ਵਿਖਾਇਆ ਹੈ ਤੇ ਘਰਾਂ 'ਚ ਤਸਵੀਰਾਂ ਵੀ ਲੱਗੀਆਂ ਨੇ। ਹੁਣ ਕਮਾਲ ਦੀ ਗੱਲ ਹੈ ਕਿ ਜਿਹੜੀ ਭੈਣ, ਹੁਣ ਜੇ ਕਿਸੇ ਨੂੰ ਪੁੱਛੀਏ ਵੀ ਰੱਖੜੀ ਬੱਝੀ ਕਿਉਂ ਜਾਂਦੀ ਹੈ, ਕਦੀ ਹਿੰਦੁਸਤਾਨ ਦੀ ਪੁਰਾਣੀ ਤਾਰੀਖ ਪੜ੍ਹ ਕੇ ਵੇਖੋ, ਜਿਨ੍ਹਾਂ ਨੇ ਆਪਣੀਆਂ ਭੈਣਾਂ ਕੋਲੋਂ ਹਰ ਸਾਲ ਰੱਖੜੀ ਬਣਾਈ, ਜਿੱਦਣ ਉਹਨਾਂ ਦੀ ਇੱਜ਼ਤ ਬਚਾਉਣ ਦਾ ਸਮਾਂ ਆਇਆ, ਡਰਦੇ ਮਾਰੇ ਆਪ ਹੀ ਆਪਣੀਆਂ ਭੈਣਾਂ ਦੇ ਡੋਲੇ ਮੁਗਲਾਂ ਦੇ ਘਰ ਛੱਡ ਆਏ, ਬਚਾ ਨਹੀਂ ਸਕੇ। ਜੇ ਕਿਸੇ ਨੇ ਪੱਤ ਬਚਾਈ ਸੀ ਭਾਗਾਂ ਵਾਲਿਓ, ਤੇ ਕੱਚਾ ਧਾਗਾ ਬੰਨਣ ਵਾਲੇ ਨੇ ਨਹੀਂ, ਹੱਥਾਂ ਵਿੱਚ ਕੜੇ ਪਾਉਣ ਵਾਲਿਆਂ ਨੇ ਬਚਾਈ ਸੀ। ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਹੱਥ ਵਿੱਚ ਰੱਖੜੀ ਬੰਨਣੀ ਹੈ, ਇਹਦਾ ਅਰਥ ਜਿਹਦੇ ਕੋਲੋਂ ਰੱਖੜੀ ਬਣਾਈ ਉਹ ਭੈਣ ਹੈ। ਭਾਈ ਗੁਰਦਾਸ ਜੀ ਤੇ ਕੁਝ ਹੋਰ ਕਹਿੰਦੇ ਨੇ, ਗੁਰਮਤ ਤੇ ਕੁਝ ਹੋਰ ਕਹਿੰਦੀ ਹੈ, ਦੇਖ ਪਰਾਈਆਂ। ਹੁਣ ਆਪਣੀ ਤੇ ਭੈਣ ਹੈਗੀ ਹੈਗੀ ਹੈ, ਭਾਈ ਗੁਰਦਾਸ ਜੀ ਕਹਿੰਦੇ ਤੂੰ ਪਰਾਈ ਨੂੰ ਵੇਖ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਤੂੰ ਪਰਾਈ ਵੇਖੇ ਜੇ ਤੇ ਵੱਡੀ ਹੈ ਉਹਨੂੰ ਮਾਂ ਕਹਿ ਦੇ ਬਰਾਬਰ ਦੀ ਹੈ, ਉਹਨੂੰ ਭੈਣ ਕਹਿ ਦੇ ਛੋਟੀ ਹੈ, ਤੇ ਉਹਨੂੰ ਧੀ ਦਾ ਰਿਸ਼ਤਾ ਕਾਇਮ ਕਰ ਲੈ। ਹੁਣ ਕਮਾਲ ਦੀ ਗੱਲ ਹੈ, ਜਿਹਦੇ ਕੋਲੋਂ ਜਿਹਨੇ ਰੱਖੜੀ ਬਣਾਈ ਇਹਦਾ ਅਰਥ ਉਹ ਹੀ ਉਹਦੀ ਭੈਣ ਹੈ। ਫਿਰ ਗੁਰੂ ਕੇ ਸਿੱਖਾਂ ਨੇ ਉਹਨਾਂ ਭੈਣਾਂ ਕੋਲੋਂ ਰੱਖੜੀਆਂ ਨਹੀਂ ਸਨ ਬਣਵਾਈਆਂ ਜਿਨ੍ਹਾਂ ਨੂੰ ਗਜ਼ਨੀ ਦੇ ਬਾਜ਼ਾਰ ਵਿੱਚ ਵਿਕਦਿਆਂ ਨੂੰ ਵਾਪਸ ਲਿਆ ਕੇ ਉਹਨਾਂ ਦੇ ਘਰ ਵਸਾਏ ਸਨ, ਤਵਾਰੀ ਗਵਾਹ ਹੈ। ਫਿਰ ਜੇ ਕਿਸੇ ਨੂੰ ਪੁੱਛਿਓ ਵੀ ਰੱਖੜੀ ਬੱਝਦੀ ਕਿਉਂ ਹੈ, ਕਹਿੰਦੇ ਜੀ ਭੈਣ ਤੇ ਭਰਾ ਦਾ ਪਿਆਰ ਬੜਾ ਗੂੜਾ ਹੁੰਦਾ ਰੱਖੜੀ ਨਾਲ। ਭਾਗਾਂ ਵਾਲਿਓ, ਜੇ ਇੱਕ ਮਾਂ ਦੀ ਕੁੱਖ ਵਿੱਚ ਰਹਿ ਕੇ, ਇੱਕ ਮਾਂ ਦੀ ਕੁੱਖ ਤੋਂ ਜਨਮ ਲੈ ਕੇ ਪਿਆਰ ਨਹੀਂ ਨਾ ਬਣਿਆ, ਇਹ ਕੱਚੇ ਧਾਗੇ ਨੇ ਪਿਆਰ ਕੋਈ ਨਹੀਂ ਬਣਾਉਣਾ। ਜਿਵੇਂ ਲਾਇਸੈਂਸ ਨਿਊ ਹੁੰਦਾ ਹੈ, ਪਾਸਪੋਰਟ 10-15 ਸਾਲ ਬਾਅਦ ਨਿਊ ਕਰਾਉਣਾ ਪੈਂਦਾ, ਇੱਦਾਂ ਸਾਲ ਬਾਅਦ ਧਾਗਾ ਵੀ ਭੈਣ ਤੇ ਭਰਾ ਦਾ ਪਿਆਰ ਨਿਊ ਕਰਦਾ ਹੈ ਕਿ ਨਵਾਂ ਤਾਜ਼ਾ ਹੋ ਜਾਏ, ਕਿਤੇ ਮੈਨੂੰ ਭੁੱਲ ਨਾ ਜਾਏ ਮੇਰੀ ਭੈਣ ਹੈ ਤੇ ਮੈਂ ਇਹਦਾ ਭਰਾ ਹਾਂ। ਫਿਰ ਕਦੀ ਵੇਖਣਾ ਮੇਰੀਆਂ ਭੈਣਾਂ ਘਰਾਂ 'ਚ ਬਹਿ ਕੇ ਵੀ ਸੁਣ ਰਹੀਆਂ ਹੋਣਗੀਆਂ। ਇਹ ਪਿਆਰ ਲੋਭ ਤੇ ਖਲੋਤਾ ਹੈ, ਅੰਦਰੂਨੀ ਪਿਆਰ ਨਹੀਂ। ਜੇ ਤੇ ਭਰਾ ਹੋਏਗਾ ਅਮੀਰ, 4 ਛਿੱਲੜ ਦੇ ਦੇਵੇਗਾ ਜਦੋਂ ਭੈਣ ਰੱਖੜੀ ਬੰਨਣ ਆਏਗੀ, ਫਿਰ ਤੇ ਭੈਣ ਦਾ ਸਿਰ ਉੱਚਾ ਦਰਾਣੀਆਂ ਜਠਾਣੀਆਂ ਵਿੱਚ, ਮਾਂ ਨਾਲ ਭਰਾ ਦੀ ਚਰਚਾ ਕਰਦੀ ਜਾਏਗੀ, ਵਡਿਆਈ ਕਰਦੀ ਜਾਏਗੀ। ਤੇ ਜੇ ਅੱਗੇ ਉਹ ਭਰਾ ਨੇ ਕਹਿ ਦਿੱਤਾ ਵੀ ਯਾਰ ਕਿਤੇ ਆਪਣੇ ਭਾਂਡੇ ਮੂਧੇ ਪਏ ਨੇ, ਬੱਚਿਆਂ ਦੀ ਸਕੂਲ ਦੀ ਫੀਸ ਨਹੀਂ ਤਾਰ ਸਕਿਆ, ਕਾਰੋਬਾਰ ਡਾਊਨ ਹੈ, ਉਹ ਭੈਣ ਕਈ ਵਾਰੀ ਮੰਦੇ ਬੋਲ ਵੀ ਭਰਾ ਨੂੰ ਬੋਲਦੀ ਜਾਂਦੀ ਹੈ ਕਿ ਮੈਂ ਤੇ ਸਾਲ ਦੀ ਉਡੀਕਦੀ ਸੀ ਕਦੋਂ ਤਿਉਹਾਰ ਆਏ ਤੇ ਮੇਰੇ ਭਰਾ ਨੇ ਮੇਰੀਆਂ ਰੀਝਾਂ ਪੂਰੀਆਂ ਨਹੀਂ ਕੀਤੀਆਂ। ਇਹਦਾ ਅਰਥ ਇਹ ਹੋਇਆ ਕਿ ਜੇ ਤੇ 4 ਛਿੱਲੜ ਮਿਲਦੇ, ਫਿਰ ਤੇ ਭੈਣ ਭਰਾ ਦਾ ਪਿਆਰ ਸੀ ਗੂੜਾ, ਜੇ ਨਹੀਂ ਮਿਲਿਆ ਤੇ ਭੈਣ ਭਰਾ ਇੱਕ ਦੂਜੇ ਨੂੰ ਸਹੀ ਨਜ਼ਰ ਨਾਲ ਨਹੀਂ ਵੇਖ ਰਹੇ, ਉਹ ਭੈਣ ਨੂੰ ਭਰਾ ਹੁਣ ਚੰਗਾ ਨਹੀਂ ਲੱਗ ਰਿਹਾ। ਲੋਭ ਤੇ ਪਿਆਰ, ਕਿਉਂਕਿ ਫਰੀਦਾ ਜਾਂ ਲੱਭ ਤਾਂ ਨੇ ਕਿਹਾ, ਲੱਭ ਤਾਂ ਕੂੜਾ ਨੇ। ਹੁਣ ਇਹਦੇ ਤੋਂ ਅੱਗੇ ਚੱਲੀਏ, ਹੁਣ ਜਿਹੜੇ ਦਾਜ ਦੇ ਲੋਭੀ
ਲੜਕੀ ਵੇਖਣ ਵਕਤ ਕੁਝ ਸੌਦਾ ਤੈਅ ਕਰਦੇ ਨੇ, ਸੌਦੇ ਹੁੰਦੇ ਨੇ, ਸੌਦੇ ਕੀਤੇ ਜਾਂਦੇ ਨੇ। ਅਸੀਂ ਇਹ ਪਾਵਨ ਬਾਣੀ ਤਾਂ ਬੜੀ ਵਾਰੀ ਪੜ੍ਹੀ ਹੈ ਕਿ ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾ ਲਓ। ਅਸੀਂ ਇਹ ਬੜੀ ਵਾਰ ਸ਼ਬਦ ਦੁਹਰਾਏ ਬਾਬਰ ਬਾਣੀ ਦੇ ਕਿ ਜਦੋਂ ਬਾਬਰ ਆਇਆ ਧੱਕੇ ਨਾਲ ਉਹਨਾਂ ਨੇ ਪਾਪ ਦੀ ਜੰਝ ਲੈ ਕੇ ਆਇਆ, ਉਹਨੇ ਸਿਰ ਦੇ ਉੱਤੇ ਜਨੂਨ ਸਵਾਰ ਸੀ, ਉਸ ਵਿਅਕਤੀ ਨੇ ਧੱਕਾ ਕਮਾਇਆ ਤੇ ਧੱਕੇ ਨਾਲ ਲੋਕਾਂ ਦੀ ਇੱਜ਼ਤ ਵੀ ਲੁੱਟੀ, ਆਪਣਾ ਸਮਾਲ ਮਾਲ ਸਵਾਬ ਲੁੱਟ ਕੇ ਆਪਣੇ ਦੇਸ਼ ਲੈ ਗਿਆ। ਕਦੀ ਵੇਖਣਾ ਪਾਪ ਦੀ ਜੰਝ ਲੈ ਕੇ ਬਾਬਰ ਤੋਂ, ਬਾਬਰ ਕਾਬਲ ਤੋਂ ਚੜ੍ਹ ਕੇ ਆਉਂਦਾ ਹੈ ਕਿ ਅੱਜ ਬਾਬਰ ਨਹੀਂ ਹੈਗਾ, ਅੱਜ ਵੀ ਬਾਬਰ ਹੈ, ਫਰਕ ਹੈ ਉਸ ਬਾਬਰ ਨੇ ਆਪਣਾ ਰੂਪ ਬਦਲ ਲਿਆ, ਅੱਜ ਵੀ ਬਾਬਰ। ਕੀ ਉਸ ਵਿਅਕਤੀ ਨੂੰ ਤੁਸੀਂ ਬਾਬਰ ਨਾਲੋਂ ਘੱਟ ਕਹੋਗੇ ਜਿਹੜਾ ਵਿਅਕਤੀ ਆਪਣੇ ਲੜਕੇ ਨੂੰ ਤੱਕੜੀ ਚ ਪਾ ਕੇ ਤੋਲੇ ਕਿ ਕੋਈ ਹੈ ਇਹਦੇ ਬਰਾਬਰ ਦੌਲਤ ਦੇਣ ਜੋਗਾ, ਕੋਈ ਹੈ ਇਹਦੇ ਬਰਾਬਰ ਦਾਜ ਦੇਣ ਜੋਗਾ, ਮੈਂ ਇਹਨੂੰ ਇੰਜੀਨੀਅਰ ਬਣਾਇਆ ਹੈ, ਡਾਕਟਰ ਬਣਾਇਆ, ਕਿੰਨਾ ਦਾਜ ਕੋਈ ਦੇ ਸਕਦਾ ਹੈ? ਕੀ ਤੁਸੀਂ ਅੰਦਾਜ਼ਾ, ਭਾਵੇਂ ਮਾਫ ਕਰਨਾ ਉਹ ਕਿਸੇ ਮਤ ਨਾਲ ਸੰਬੰਧ ਰੱਖਦਾ ਹੋਵੇ, ਉਹਨੇ ਕਿਹੜਾ ਰੂਪ ਧਾਰਨ ਕੀਤਾ ਹੋਵੇ, ਜੇ ਦਾਜ ਮੰਗ ਰਿਹਾ ਹੈ ਪਰਿਵਾਰ ਦਾ ਕੋਈ ਮੈਂਬਰ ਤੇ ਸਮਝ ਲਓ ਉਹਦੇ ਅੰਦਰ ਉਹ ਬਾਬਰ ਵਾਲੇ ਲੱਛਣ ਕੰਮ ਕਰ ਰਹੇ ਨੇ। ਅਸੀਂ ਬਾਬਰ ਨੂੰ ਤਾਂ ਕਹਿ ਰਹੇ ਨੇ, ਅੱਜ ਵੀ ਬਾਬਰ ਮਨੁੱਖਤਾ ਵਿੱਚ ਆਪਣਾ ਰੋਲ ਅਦਾ ਕਰ ਰਹੇ, ਪਰ ਅਸੀਂ ਉਸ ਬਾਬਰ ਨੂੰ ਬਾਬਰ ਮੰਨਣ ਲਈ ਤਿਆਰ ਨਹੀਂ। ਤਾਂ ਹੀ ਤਾਂ ਸੰਸਾਰ ਤੇ ਪੁੱਤਰਾਂ ਦੀ ਦੌੜ ਲੱਗੀ ਹੋਈ ਹੈ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਇਹਦਾ ਅਰਥ ਚੰਗੀ ਨੋਹ ਬਣਨ ਵਾਸਤੇ ਗੁਣ ਨਹੀਂ ਵੇਖੇ ਜਾਂਦੇ, ਸਮਾਨ ਵੇਖਿਆ ਜਾਂਦਾ ਹੈ, ਇਹ ਕਿੰਨਾ ਦਾਜ ਲੈ ਕੇ ਆਈ ਹੈ। ਤੇ ਕਈ ਵਾਰੀ ਕਈ ਲੜਕੇ ਮੂੰਹੋਂ ਮੰਗਦੇ ਨੇ ਲੜਕੀ ਕੋਲੋਂ, ਪਤਨੀ ਕੋਲੋਂ, ਕਿ ਮੇਰਾ ਕਾਰੋਬਾਰ ਡਾਊਨ ਹੋ ਗਿਆ ਹੈ, ਜਾਂ ਮੇਰੇ ਕੋਲ ਸਕੂਟਰ ਤੇ ਨਹੀਂ ਜਾਇਆ ਜਾਂਦਾ, ਮੈਨੂੰ ਤੇ ਕਾਰ ਚਾਹੀਦੀ ਹੈ। ਕਦੀ ਸੋਚ ਕੇ ਵੇਖਣਾ, ਜਿਹੜੇ ਪਤੀ ਨੂੰ ਪਤਨੀ ਕੇਵਲ ਕਾਰ ਕਰਕੇ ਚੰਗੀ ਲੱਗਦੀ ਹੈ, ਇਹਦਾ ਅਰਥ ਉਹ ਪਤਨੀ ਨਾਲ ਪਿਆਰ ਨਹੀਂ ਕਰਦਾ, ਕਾਰ ਨਾਲ ਪਿਆਰ ਕਰਦਾ। ਫਰੀਦਾ ਜਾਂ ਲੱਭ ਤਾਂ ਨੇ ਕਿਹਾ, ਜਿਹੜਾ ਲੋਭ ਪ੍ਰੇਮ ਤੇ ਖਲੋਤਾ ਹੋਇਆ ਹੈ, ਜਿਹੜਾ ਪ੍ਰੇਮ ਜਿਹੜਾ ਲੋਭ ਤੇ ਖਲੋਤਾ ਹੋਇਆ ਹੈ, ਉਹ ਪ੍ਰੇਮ ਜ਼ਿਆਦੀ ਦੇਰ ਨਿਭ ਨਹੀਂ ਸਕਦਾ। ਪਰ ਸਾਡਾ ਤੇ ਸਮਾਜ ਦੇ ਵਿੱਚ ਹੈ ਹੀ ਪ੍ਰੇਮ ਇਦਾਂ ਦਾ ਬਣ ਚੁੱਕਾ ਹੈ, ਬਹੁਤ ਗਿਣਤੀ ਸਾਡੇ ਸਮਾਜ ਦੇ ਵਿੱਚ, ਤੇ ਕਈ ਧੀਆਂ ਦਾਜ ਦੀ ਬਲੀ ਚੜ੍ਹ ਗਈਆਂ ਨੇ, ਕਈਆਂ ਨੂੰ ਚਾੜਿਆ ਜਾ ਰਿਹਾ ਹੈ, ਕਈ ਡਰਦੇ ਮਾਪੇ ਮਾਂ ਦੀ ਕੁੱਖ ਚ ਮਾਰੀ ਜਾ ਰਹੇ ਨੇ ਕਿ ਬਾਅਦ ਵਿੱਚ 20-25-30 ਸਾਲ ਬਾਅਦ ਵੀ ਕਿਸੇ ਨੇ ਸਾੜਨੀ ਹੈ, ਕਿਸੇ ਨੇ ਅੱਗ ਲਾਉਣੀ ਹੈ, ਉਹਨੂੰ ਚੰਗਾ ਇਹ ਇਲਜ਼ਾਮ ਅਸੀਂ ਆਪਣੇ ਸਿਰ ਹੀ ਲੈ ਲਈਏ। ਕਦੀ ਸੋਚ ਕੇ ਵੇਖਣਾ, ਜਿਹੜਾ ਪਿਆਰ ਮਨੁੱਖ ਦਾ ਲੋਭ ਤੇ ਟਿਕਿਆ ਹੋਵੇ, ਉਹ ਪਿਆਰ ਜ਼ਿਆਦੀ ਦੇਰ ਨਿਭ ਨਹੀਂ ਸਕਦਾ। ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਾਂ ਲੱਭ ਤਾਂ ਨੇ ਕਿਹਾ, ਲੱਭ ਤਾਂ ਕੂੜਾ ਨੇ, ਜੇ ਲੋਭ ਹੈ ਤੇ ਪਿਆਰ ਝੂਠਾ ਹੈ, ਪਿਆਰ ਕੂੜਾ ਹੈ, ਕਿੱਚਰ ਝੱਤ ਲੰਘਾਈ ਹੈ, ਛੱਪਰ ਟੁੱਟੇ ਮੇਹ। ਉਦਾਹਰਨ ਕਿਹਦੀ ਪਿਆਰੀ ਦਿੱਤੀ, ਕੋਈ ਮਨੁੱਖ ਕੱਖਾਂ ਦੀ ਛਣ ਥੱਲੇ ਖਲੋਤਾ ਹੋਵੇ ਤੇ ਛਣ ਹੋਵੇ ਚੁੰਦੀ, ਕਹਿਣ ਲੱਗੇ ਵਰਖਾ ਬੜੀ ਤੇਜ਼ ਆਉਂਦੀ ਹੋਵੇ, ਕੀ ਕੋਈ ਮਨੁੱਖ ਉਹਦੇ ਥੱਲੇ ਖਲੋਤਾ ਆਪਣੀ ਕਾਇਆਂ ਨੂੰ ਪਾਣੀ ਤੋਂ ਬਚਾ ਸਕਦਾ? ਕਿਉਂਕਿ ਘਰ ਜਿਹੜਾ ਹੈ ਉਹ ਕੱਖਾਂ ਦਾ ਬਣਿਆ ਹੋਇਆ ਹੈ, ਵਰਖਾ ਬੜੀ ਤੇਜ਼ ਹੈ। ਕਹਿੰਦੇ ਜੇ ਵਰਖਾ ਦੇ ਪਾਣੀ ਤੋਂ ਟੁੱਟੀ ਕਾਨਿਆਂ ਦੀ ਛਣ ਥੱਲੇ ਖਲੋ ਕੇ ਆਪਣੇ ਸਰੀਰ ਨੂੰ ਨਹੀਂ ਬਚਾਇਆ ਜਾ ਸਕਦਾ, ਤੇ ਹੇ ਮਨੁੱਖ ਯਾਦ ਰੱਖੀ, ਜਿਹੜੇ ਪ੍ਰੇਮ ਦੀ ਬੁਨਿਆਦ ਲੋਭ ਹੈ, ਉਹ ਪਿਆਰ ਜ਼ਿਆਦੀ ਦੇਰ ਨੇਪੜੇ ਨਹੀਂ ਚੜ੍ਹ ਸਕਦਾ, ਉਸ ਪਿਆਰ ਵਿੱਚੋਂ ਖੁਸ਼ਬੂ ਨਹੀਂ ਆ ਸਕਦੀ। ਤੇ ਮੈਂ ਤੇ ਭੈਣਾਂ ਨੂੰ ਵੀ ਬੇਨਤੀ ਕਰਾਂਗਾ, ਉਹਨਾਂ ਪਰਿਵਾਰਾਂ ਨੂੰ ਵੀ ਬੇਨਤੀ ਕਰਾਂਗਾ, ਜਿਹੜੇ ਰਿਸ਼ਤੇ ਹੋਣ ਤੋਂ ਪਹਿਲਾਂ ਹੀ ਦਾਜ ਦੀ ਅਲਾਮਤ ਜਾਂ ਦਾਜ ਦੀ ਮੰਗ ਰੱਖਦੇ ਨੇ, ਇਹਦਾ ਅਰਥ ਤੁਸੀਂ ਲੋਭੀ ਪਰਿਵਾਰ 'ਚ ਆਪਣੀ ਧੀ ਦੇ ਰਹੇ ਹੋ, ਲੋਭੀ ਪਰਿਵਾਰ, ਇਹਦਾ ਅਰਥ ਤੁਸੀਂ ਕਾਤਲਾਂ ਦੇ ਹੱਥ ਆਪਣੀ ਧੀ ਸੌਂਪ ਰਹੇ ਹੋ ਕਿ ਸਾਡੇ ਕੋਲੋਂ ਤੇ ਮਰੀ ਨਹੀਂ, ਅਸੀਂ ਤੇ ਨਹੀਂ ਮਾਰ ਸਕੇ ਜਨਮ ਤੋਂ ਪਹਿਲਾਂ, ਹੁਣ ਤੁਸੀਂ ਮਾਰ ਦਿਓ, ਇਹ ਸੇਵਾ ਤੁਸੀਂ ਨਿਭਾ ਦਿਓ। ਜਿਹੜਾ ਦਾਜ ਪਹਿਲਾਂ ਮੰਗ ਰਿਹਾ ਵਿਆਹ ਤੋਂ, ਇਹਦਾ ਅਰਥ ਉਹ ਤੁਹਾਡੀ ਧੀ ਨਾਲ, ਤੁਹਾਡੇ ਪਰਿਵਾਰ ਨਾਲ ਪਿਆਰ ਨਹੀਂ ਕਰਦਾ। ਬੜੀਆਂ ਐਸੀਆਂ ਸੱਸਾਂ ਨੇ ਜਿਹੜੀਆਂ ਪਾਣੀ ਵੀ ਵਾਰਦੀਆਂ ਨੇ, ਬਾਅਦ ਵਿੱਚ ਤਾਨੇ ਵੀ ਦਿੰਦੀਆਂ ਨੇ, ਬਹੁਤ ਐਸੇ ਸਹੁਰੇ ਨੇ, ਬਹੁਤ ਐਸੇ ਦੇਰ ਜੇਠ ਨੇ, ਕਈ ਵਾਰੀ ਤਾਂ ਨੂੰਹਾਂ ਦੀ ਵੀ ਤੁਲਨਾ ਇਸ ਕਰਕੇ ਕੀਤੀ ਜਾਂਦੀ ਕਿਹੜਾ ਦਾਜ ਵੱਧ ਲੈ ਕੇ ਆਈ ਹੈ। ਭਾਵੇਂ ਜਿਹੜੀ ਘੱਟ ਲੈ ਕੇ ਆਈ ਹੋਵੇ ਉਹਦੇ 'ਚ ਗੁਣ ਜ਼ਿਆਦਾ ਹੋਣ, ਗੁਣਾ ਕਰਕੇ ਕਦਰ ਨਹੀਂ, ਕਦਰ ਪਦਾਰਥਾਂ ਕਰਕੇ ਪਾਈ ਜਾਂਦੀ ਹੈ। ਪਰ ਇਹ ਪਦਾਰਥ ਵਕਤੀ ਨੇ ਭਾਗਾਂ ਵਾਲਿਓ, ਥੋੜੇ ਸਮੇਂ ਬਾਅਦ ਜੇ ਕੋਈ ਦਾਜ ਵਿੱਚ ਏਸੀ ਲੈ ਕੇ ਆਇਆ, ਹੋ ਸਕਦਾ ਉਹਦੀ ਕੂਲਿੰਗ ਘੱਟ ਜਾਏ,
ਗੱਡੀ ਲੈ ਕੇ ਆਇਆ ਸਮਾਂ ਪਾ ਕੇ ਪੁਰਾਣੀ ਹੋ ਜਾਏ, ਇਹ ਦਾਜ ਪੁਰਾਣਾ ਹੋ ਜਾਣਾ, ਪਰ ਜਿਹੜਾ ਦਾਜ ਗੁਣਾਂ ਦਾ ਉਹ ਕਦੀ ਪੁਰਾਣਾ ਨਹੀਂ ਹੁੰਦਾ। ਗੁਰੂ ਰਾਮਦਾਸ ਪਿਤਾ ਜੀ ਦਾ ਬਹੁਤ ਪਿਆਰਾ ਵਾਕ ਹੈ ਕਿ ਹਰ ਪ੍ਰਭ ਮੇਰੇ ਬਾਬੂਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਤੇ ਨਾਲੇ ਵੀ ਕਹਿ ਦਿੱਤਾ, ਹੋਰ ਮਨਮੁਖ ਦਾਜ ਜੇ ਰੱਖ ਦਿਖਲ ਸੋ ਕੂੜ ਅਹੰਕਾਰ ਕੱਚ ਪਾਜੋ। ਉਹ ਮਨਮੁਖ ਬੰਦੇ ਨੇ ਜਿਹੜੇ ਸੰਸਾਰ ਤੇ ਆਪਣੀਆਂ ਧੀਆਂ ਨੂੰ ਦਾਜ ਦੇਣ ਵਖਾੜਾ ਪਾਉਂਦੇ ਨੇ। ਤੇ ਮੈਂ ਤੇ ਕਈ ਵਾਰੀ ਬੇਨਤੀ ਕਰਦਾ ਹੁੰਦਾ, ਜਦੋਂ ਕੋਈ ਅਮੀਰ ਬਾਪ ਇਹ ਗੱਲ ਕਹਿੰਦਾ ਨਾ, ਸਾਡੀ ਇਕਲੌਤੀ ਧੀ ਹੈ ਇਹਨੂੰ ਨਾ ਦਈਏ ਤੇ ਹੋਰ ਕੀ ਕਰੀਏ। ਸਮਝ ਲਓ, ਜਦੋਂ ਇੱਕ ਬਾਪ ਆਪਣੀ ਸਮਰੱਥਾ ਤੋਂ ਵੱਧ ਕੇ ਆਪਣੀ ਧੀ ਨੂੰ ਇੰਨਾ ਦਾਜ ਦੇ ਦਿੰਦਾ ਹੈ, ਇਹਦਾ ਅਰਥ ਕਿ ਲਾਗੇ ਹੁਣ ਜਿੰਨੇ ਪਰਿਵਾਰ ਧੀਆਂ ਵਾਲੇ ਵੱਸ ਰਹੇ ਨੇ, ਉਹ ਤੇ ਜੰਮਦੇ ਹੀ ਮਾਰਨਗੇ ਵੀ ਇੰਨਾ ਸਾਡੇ ਕੋਲੋਂ ਦਿੱਤਾ ਨਹੀਂ ਜਾਣਾ, ਇਹਦੇ ਨੂੰ ਚੰਗਾ ਪਹਿਲਾਂ ਹੀ ਖਤਮ ਕਰ ਦਿਓ। ਜਦੋਂ ਕੋਈ ਮਨੁੱਖ ਆਪਣੀ ਸੋਚ ਤੋਂ ਵੱਧ ਕੇ ਇੱਕ ਇਹਦੇ ਨਾਲ ਹੋਰ ਵਿਚਾਰ ਕਰਾਂ, ਕਈ ਵਾਰੀ ਅਸੀਂ ਇੱਦਾਂ ਸੋਚਦੇ ਹਾਂ ਕਿ ਸ਼ਾਇਦ ਦਾਜ ਮੰਗਿਆ ਜਾਂਦਾ ਹੈ। ਕੁਝ ਪੱਖ ਇੱਦਾਂ ਦੇ ਨੇ, ਇੱਕ ਦਿਨ ਇੱਕ ਪਰਿਵਾਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਦਾਸ ਨੇ ਆਨੰਦ ਕਾਰਜ ਤੇ ਕਥਾ ਕੀਤੀ, ਦਾਜ ਬਾਰੇ ਵਿਚਾਰਾਂ ਕੀਤੀਆਂ, ਤੇ ਲੜਕੇ ਦੇ ਪਿਤਾ ਨੇ ਜੋ ਉੱਥੇ ਵਿਚਾਰ ਦਿੱਤੇ ਮੈਂ ਸੰਗਤ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਉਸ ਲੜਕੇ ਦੇ ਪਿਤਾ ਨੇ ਕਿਹਾ, ਭਾਈ ਸਾਹਿਬ ਜੀ, ਅਸੀਂ 7 ਲੜਕੀਆਂ ਵੇਖ ਚੁੱਕੇ ਹਾਂ, ਸਾਨੂੰ ਰਿਸ਼ਤਾ 8ਵੀਂ ਲੜਕੀ ਚੋਂ ਪ੍ਰਾਪਤ ਹੋਇਆ। ਮੈਂ ਕਿਹਾ ਉਹ ਕਿਵੇਂ? ਕਹਿੰਦੇ, ਅਸੀਂ ਜਦੋਂ ਵੀ ਲੜਕਾ ਲੈ ਕੇ ਜਾਂਦੇ ਸੀ ਸਾਨੂੰ ਪਰਿਵਾਰ ਪਸੰਦ ਆ ਜਾਂਦਾ ਸੀ, ਤੇ ਅਸੀਂ ਉੱਥੇ ਇੱਕ ਸ਼ਰਤ ਰੱਖਦੇ ਸੀ, ਸਾਨੂੰ ਦਾਜ ਨਹੀਂ ਚਾਹੀਦਾ, ਕੇਵਲ 3 ਕੱਪੜੇ, ਉਹ ਵੀ ਹੈਗੇ ਠੀਕ ਨਹੀਂ ਤੇ ਅਸੀਂ ਆਪਣੇ ਲੈ ਆਵਾਂਗੇ। ਜਿਹੜਾ ਆਨੰਦ ਕਾਰਜ ਤੇ ਕੱਪੜਾ ਪਾਉਣਾ ਹੈ, ਸੂਟ ਪਾਉਣਾ, ਉਹ ਵੀ ਅਸੀਂ ਪਰਿਵਾਰ ਵੱਲੋਂ ਲੈ ਕੇ ਆਵਾਂਗੇ। ਮੈਂ ਕਿਹਾ, ਫਿਰ ਤੇ ਪਰਿਵਾਰ ਵਾਲਿਆਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਸੀ, ਲੜਕੀ ਵਾਲੇ ਖੁਸ਼ੀ ਖੁਸ਼ੀ ਤੁਹਾਡੇ ਨਾਲ ਰਿਸ਼ਤਾ ਜੋੜਦੇ। ਕਹਿੰਦੇ, ਹੋਇਆ ਇਸ ਤੋਂ ਉਲਟ, ਜਦੋਂ ਰਿਸ਼ਤਾ ਕਰਕੇ ਘਰ ਆਉਂਦੇ ਸੀ ਜਵਾਬ ਆ ਜਾਂਦਾ ਸੀ। ਮੈਂ ਕਿਹਾ, ਕਿਉਂ? ਕਹਿੰਦੇ, ਉਹ ਵਿਚੋਲੇ ਹੱਥ ਸੁਨੇਹਾ ਭੇਜ ਦਿੰਦੇ ਸੀ ਕਿ ਜਿਹੜੇ ਸਾਡੇ ਕੋਲੋਂ ਦਾਜ ਨਹੀਂ ਮੰਗਦੇ, ਬੈੱਡ ਨਹੀਂ ਮੰਗਦੇ, ਹੋ ਸਕਦਾ ਇਹਨਾਂ ਦੇ ਕਮਰੇ ਹੀ ਨਾ ਹੋਣ ਬੈੱਡ ਡਾਉਣ ਨੂੰ, ਜਿਹੜੇ ਸਾਡੇ ਕੋਲੋਂ ਫਰਿੱਜ ਨਹੀਂ ਮੰਗਦੇ, ਹੋ ਸਕਦਾ ਇਹਨਾਂ ਦੇ ਘਰ ਸਮਰਸੀਬਲ ਪੰਪ ਹੀ ਨਾ ਹੋਵੇ, ਹੋ ਸਕਦਾ ਇਹਨਾਂ ਦੇ ਘਰ ਕੋਈ ਟਿਊਬਲ ਹੀ ਨਾ ਹੋਵੇ, ਜਿਹੜੇ ਸਾਡੇ ਕੋਲੋਂ ਦਾਜ ਨਹੀਂ ਮੰਗਦੇ, ਹੋ ਸਕਦਾ ਇਹਨਾਂ ਦਾ ਘਰ ਹੀ ਨਾ ਹੋਵੇ। ਕਈ ਵਾਰੀ ਦਾਜ ਨਾ ਲੈਣ ਵਾਲੇ ਤੇ ਵੀ ਇਹ ਕਲੰਕ ਲੱਗਦਾ, ਅਸੀਂ ਤੇ ਦੇਣਾ ਚਾਹੁੰਦੇ ਹਾਂ, ਇਹ ਲੈਣ ਨੂੰ ਤਿਆਰ ਨਹੀਂ ਹੋ ਸਕਦਾ, ਇਹ ਸਾਡੇ ਮੁਕਾਬਲੇ ਤੇ ਗਰੀਬ ਹੋਣ। ਇਹ ਸੋਚ ਸਾਨੂੰ ਆਪਣੇ ਆਪ ਪਰਿਵਾਰਾਂ ਚੋਂ ਕੱਢਣੀ ਪਵੇਗੀ। ਨਾਲੇ ਜਿਹੜੀ ਮਨੁੱਖ ਨੇ ਮਿਹਨਤ ਕੀਤੀ ਹੋਵੇ ਨਾ, ਉਸ ਚੀਜ਼ ਦੀ ਕਦਰ ਕਰਦਾ ਹੈ। ਖੈਰ, ਵਿਸ਼ਾ ਇਹ ਹੈ ਕਿ ਜਿਹੜਾ ਪਿਆਰ ਲੋਭ ਤੇ ਖਲੋਤਾ ਹੋਵੇ ਉਹ ਪਿਆਰ ਪਿਆਰ ਨਹੀਂ ਹੁੰਦਾ। ਜੇ ਪਿਆਰ ਗੁਰੂ ਨਾਲ ਵੀ ਲੋਭ ਤੇ ਖਲੋਤਾ, ਕਈ ਵਾਰੀ ਸਾਡੀ ਕੌਮ 'ਚ ਇੱਦਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਫਲਾਣੇ ਇਲਾਕੇ ਦੇ ਵਿੱਚ ਕੁਝ ਸਿੱਖ ਪਰਿਵਾਰਾਂ ਨੇ ਗਾਤਰੇ ਹੱਥ ਵਿੱਚ ਫੜ ਕੇ ਫੋਟੋਆਂ ਲਵਾਈਆਂ, ਉਹਨਾਂ ਨੇ ਫਲਾਣਾ ਮਤ ਪ੍ਰਵਾਨ ਕਰ ਲਿਆ, ਫਲਾਣਾ ਮਤ ਧਾਰਨ ਕਰ ਲਿਆ, ਸਿੱਖੀ ਨੂੰ ਬਿਦਾਵਾ ਦੇ ਦਿੱਤਾ। ਮੈਂ ਉਹਨਾਂ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਜਿਹੜੇ ਵਿਅਕਤੀ 4 ਛਿੱਲੜਾਂ ਦੇ ਕਾਰਨ ਉਹਨਾਂ ਨੂੰ ਤੁਹਾਡਾ ਧਰਮ ਨਹੀਂ ਚੰਗਾ ਲੱਗਾ, ਜੇ ਤੁਸੀਂ ਕਹੋ ਨਾ ਕਿ ਤੁਹਾਡਾ ਮਤ ਚੰਗਾ ਲੱਗਾ, ਇਹ ਭੁਲੇਖਾ ਆਪਣੇ ਮਨ ਚੋਂ ਕੱਢ ਦਿਓ। ਜਿਹੜੇ ਕੁਝ ਛਿੱਲੜਾਂ ਦੇ ਕਾਰਨ ਆਪਣੇ ਗੁਰੂ ਪਿਤਾ ਨੂੰ ਛੱਡ ਕੇ ਤੁਹਾਡੇ ਕੋਲ ਆਏ ਨੇ ਨਾ, ਜੇ ਕਿਸੇ ਨੇ ਤੁਹਾਡੇ ਤੋਂ ਵੱਧ ਕੇ ਕਿਸੇ ਨੇ ਹੋਰ ਛਿੱਲੜ ਦੇ ਦਿੱਤੇ, ਇਹ ਉੱਧਰ ਚਲੇ ਜਾਣਗੇ, ਇਹਨਾਂ ਨੇ ਤਾਂ ਵਿਕਣਾ ਹੀ ਵਿਕਣਾ ਹੈ, ਜਿਹੜਾ ਕੀਮਤ ਵੱਧ ਲਾਏਗਾ ਉੱਧਰ ਚਲੇ ਜਾਣਗੇ। ਭਾਗਾਂ ਵਾਲੇ, ਉਹ ਕਦੀ ਸੋਚ ਕੇ ਵੇਖਣਾ। ਮੈਂ ਤੇ ਬੇਨਤੀ ਕਰਦਾ ਹੁੰਦਾ, ਜੇ ਇਹ ਉਸ ਗੁਰੂ ਦੇ ਨਹੀਂ ਬਣੇ, ਜਿਸ ਗੁਰੂ ਸਾਹਿਬ ਜੀ ਨੇ ਆਪਣਾ ਪਿਤਾ, ਆਪਣੇ ਸਪੁੱਤਰ, ਆਪਣੇ ਮਾਤਾ ਜੀ ਅਤੇ ਖੁਦ ਆਪ ਆਪਣਾ ਆਪ ਜਿਨ੍ਹਾਂ ਤੋਂ ਕੁਰਬਾਨ ਕਰ ਦਿੱਤਾ, ਜੇ ਇਹ ਉਸ ਮਹਾਨ ਸਤਿਗੁਰ ਦੇ ਪਰਉਪਕਾਰਾਂ ਨੂੰ ਭੁਲਾ ਸਕਦੇ ਨੇ, ਉਸ ਦੇ ਪਰਉਪਕਾਰ ਆਪਣੇ ਜਿਹਨ ਵਿੱਚੋਂ ਵਿਸਾਰ ਸਕਦੇ ਨੇ, ਮਤਾਂ ਭੁਲੇਖੇ 'ਚ ਰਹਿਣਾ ਕਿ ਤੁਹਾਡੇ ਬਣ ਗਏ, ਜਿੱਦਣ ਤੁਹਾਡੇ ਤੋਂ ਵੱਧ ਕਿਸੇ ਨੇ ਹੋਰ ਕੀਮਤ ਪਾ ਦਿੱਤੀ ਹੈ ਚਲੇ ਉੱਧਰ ਵੀ ਜਾਣਗੇ। ਇਸ ਕਰਕੇ ਫੁੱਲਣ ਦੀ ਲੋੜ ਨਹੀਂ, ਜ਼ਿਆਦਾ ਵਿਗਾਸ ਵਿੱਚ ਆਉਣ ਦੀ ਲੋੜ ਨਹੀਂ। ਜਿਹੜਾ ਵਿਅਕਤੀ 4 ਛਿੱਲੜਾਂ ਦੇ ਕਾਰਨ, 4 ਪਦਾਰਥ ਤੇ 4 ਟਕਿਆਂ ਦੇ ਕਾਰਨ ਆਪਣਾ ਗੁਰੂ, ਆਪਣਾ ਇਮਾਨ, ਆਪਣਾ ਮਜ਼ਹਬ ਤਿਆਗਦਾ ਹੈ, ਇਹਦਾ ਅਰਥ ਉਹਦਾ ਕੋਈ ਵੀ ਮਜ਼ਹਬ ਨਹੀਂ, ਇਹਦਾ ਅਰਥ ਉਹਦਾ ਕੋਈ ਵੀ ਧਰਮ ਨਹੀਂ। ਕਿਉਂਕਿ ਭਾਗਾਂ ਵਾਲੇ, ਉਹ ਮੱਛੀ ਨੂੰ ਪਾਣੀ 'ਚ ਲਿਆਉਣ ਵਾਸਤੇ ਲਾਲਚ ਦੇਣ ਦੀ ਲੋੜ ਨਹੀਂ, ਉਹਦਾ ਤੇ ਉਹਦੀ ਤੇ ਜਿੰਦ ਹੈ ਪਾਣੀ, ਉਹ ਤੇ ਪਿਆਰ ਕਰਦੀ ਹੈ ਪਾਣੀ ਨਾਲ, ਤੇ ਪਾਣੀ ਜਾਣ ਵਾਸਤੇ ਕਿਸੇ ਲਾਲਚ ਦੀ ਲੋੜ ਨਹੀਂ। ਗੁਰੂ ਨਾਨਕ ਸਾਹਿਬ ਦਾ ਬਹੁਤ ਪਿਆਰਾ ਵਾਕ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਕਹਿੰਦੇ ਨੇ, ਜਾਲੋ ਐਸੀ ਰੀਤ, ਮੈਂ ਉਹ ਰੀਤ ਆਪਣੇ ਜੀਵਨ 'ਚੋਂ ਸਾਰ ਦਿਆਂ, ਉਹ ਰੀਤ ਤਿਆਗ ਦੇਵਾਂ, ਜਾਲੋ ਐਸੀ ਰੀਤ,
जित मैं प्यारा विसर है, जिस करके मेरा प्यारा प्रभु विसर जाए, मैनू रब भुल जाए, मैं मालिक भुला देवा। कह लगे वो प्रीत ओ रीत जीवन चो त्याग देवा, जाड़ो ऐसी रीत जित मैं प्यारा विसर है। ते महाराज कहते साई भली प्रीत जित साहेब सेती पात्र है। नानक आख साई भली प्रीत जित साहेब सेती पात्र है। ओह ही प्यार चंगा जिस प्यार करके रब ना स्नेह बन जाए, मोहब्बत बन जाए। हुण कदी सोच के वेखना साडे घरां विच साडे परिवारां विच अक्सर वह रीतां कीतियां जांदियां ने जिहड़ियां रीतां विच सानूं रब भुलदा है। किहड़ी रीत है जिहड़ी साडे घर विच कीती जाए ते रब चेते रहे? एक सिख परिवार के घर अज लगभग 1% परिवार बचे ने जिहड़े अपने बच्चे बच्चियां दे आनंद कारजां ते शराब पिउंदे ने। यह रीत है ना, यह रीत पक चुकी है, रीत त्यागनी मुश्किल है। हुण जिहड़े इंसान रब नूं भुला के सच नूं भुला के नशियां दा आधार लैके अपने बच्चे बच्चियां दे आनंद कारज करदे ने, कदी सोच के वेखो कि उहनां दा गुरु नाल प्यार होएगा? कि वह रब नाल प्यार पा सकदे ने? अज लगभग 1% साढ़े परिवारों चो कोई परिवार बचिया होएगा जिहड़ा नशियां दा सेवन अपने बच्चे बच्चियां दे आनंद कारजां ते ना कराउंदा होएगा। फिर इस तों बाद किन्ने वहम भरम पखंड कर्मकांड साडे परिवारों विच कीते जा रहे ने, वह रीतां अपनाइया जा रही ने जिहड़ियां रीतां तो मेरे मालिक जी सानू रोकण वास्ते 239 साल का समा लाया। पागा वाले एक दो चार दिन नहीं, दो चार साल नहीं, 239 साल का समा ला के मालिक ने जिस बुराई चो जिस दलदल चो कढ़िया सी, वह दलदल दे विच साडा समाज अज फिर फसिया पिया है। वजह एको ही है, बाणी नहीं पढ़ी। केवल इसके पाठ किए ने, आप नहीं किए, वह भी करवाए ने। काश किते सिख खुद पढ़ता, खुद सिख विचार, खुद सिख इस बाणी की विचार अपनी जिंदगी का आधार बना, सुरत उची हो जानी सी, इनू समझ आ जाना सी किहड़ियां बुराइयां अज मेरे घर दे विच प्रवेश कर चुकियां ने। अज बुराइयां का कारण एक नहीं है, जिहड़ा प्यार, जिहड़ा भरोसा, जिहड़ा सिदक, जिहड़ा विश्वास अपने गुरु दे अगे अर्पण करना सी, वह भरोसा ते विश्वास किसी बंदे दे अगे अर्पण कर रहे। जिहड़ा प्यार अपने गुरु दे अगे समर्पित करना सी, वह प्यार संसार ते लुटा रहे। वैसे एक बेनती करनी चाहवांगा, समाज के अंदर हर एक मनुख का फर्ज बनता है वह काम करे जिहदे नाल समाज नूं सेध मिले। लिखारी कोई राइटर है, कोई गायक है, प्रचारक रागी ढाडी, जितनी भी धार्मिक जां प्रचारक श्रेणी है, को राजनीतिक मनुख है, हर एक मनुख का फर्ज बनता है कि वह कर्म करे जिहदे नाल समाज नूं सेध मिले। पर कई वारी साढ़े समाज दे विच वह कर्म किए जाते हैं, वह विचारां लिखियां ते बयानियां जांदियां ने जिन्हां दे नाल समाज नूं सही सेध प्राप्त नहीं हुंदी। भागां वाले ओ दो प्रकार दे इश्क हुंदे ने, एक हकीकी एक मजाजी। जदों असीं इश्क दी गल करदे हां जां साडी जुबान ते आशक लभ जांदा है, एकदम साडे ब्रेन दे विच गलदे ख्याल आउंदे ने कि आशक तां उस बंदे वास्ते वरतिया जांदा जिहड़ा किसी दी धी भैण दे मगर फिरदा होवे। नहीं, कदी गुरु अंगद साहिब सच्चे पातशाह जी दे पावन श्लोक पढ़ के वेखो। महाराज जी ने आशक की परिभाषा बयान की है, आशक यह ना आखी है जे लेख है वरतै सोए। महाराज कहते ने आशक वो नहीं जिहड़ा गिणतियां मिणतियां विच पैंदा है। गुरबाणी विच भी आख्या एक नहीं आशकी जे दूजे लगे जाए, नानक आशक कंढ है जां सद ही रहा समाए। जिहड़ा सदा ही जिहदे नाल प्रेम पाउंदा उहदे विच समाया रहिंदा, असल विच आशक हो है। वह इश्क करन वाला आशक है जिहड़ा सदा ही उस दे विच समाया रहिंदा है। पर जदों साडी जुबान ते साडे दिमाग दे विच ख्याल आउंदा है आशक दा, साडे विच गलत सोच पर जांदी है। कदी सोच के वेखणा, पागां वाले गुरसिखो भगत फरीद जी दा पावन बचन, रत्ते इश्क खुदाए रंग दीदार के। वह भी आशक ने जिहड़े खुदा दे रंग विच रंगे होए ने। आशक इश्क आशकी लफ्ज गुरबाणी विच वरते हुए ने। पर नहीं, साडे बच्चे साडियां बच्चियां साडे परिवारक मैंबरां ते ज्यादा प्रभाव मजाजी इश्क दा है। हीर रांझा सस्सी पुन्नू मिर्जा साहबा, यह मजाजी इश्क है। तो मैं कई बारी बेनती करता हुन्ना, इहदा नावल स्टेज ते खेडिया जाए,
हर बाप हर धी हर भरा चंगा लगता है, पर कोई नहीं चाहता यह साहबां वाला रोल मेरी धी अदा करे, कोई भरा नहीं चाहता यह साहबां वाला रोल मेरी भैन अदा करे, कोई मां नहीं चाहती कि साहबां वाला रोल मेरी धी अदा करे। कमाल की गल यह है, एक गंदी आशकी जिद विच संसार वहिंदा जा रहा है, किड्डा चंगा होवे जिहड़ी आशकी मालक ने बयान की है वह आशकी सानू करनी आ जाए, वह आशकी की है संसार के अंदर। तो ऐसे वो जंड तो याद है जिदे थले मिर्जा वड्या गया सी, पर वह जंड भुल गया जिहड़ा साके ननकाने दे विच घटना वापरी। कल दियां गल्लां अजे 100 साल नहीं होया, जे इदां कह लईए भी 100 साल तो बहुत ज्यादा है, यह जाके 2021 दे विच 100 साल होएगा। जिस घटना नूं सिख कौम साके ननकाने नाल याद करती है वह जंड तवारीख दे पन्नियां चों साडे परिवारां चों भुला दिता गया। मैं तां जिहड़े कलाकारां दे गाने लिखारी लिखते ने उहनां नूं भी बेनती करनी चाहवांगा, भागां वाले हो कदी गुरबाणी पढ़ के वेखो, तुसीं भी गुरु गुरुद्वारे आउंदे हो, तुसीं भी गुरु अगे अरदासां जोदड़ियां बेनतियां करदे हो, तुहाडे ते भी गुरु दा जां गुरु दा तुहाडे ते उहनां हक है जिन्ना आम मनुख दा है। वह गाना लिखो जिहड़ा अपनी धी दे कोल बह के सुन सको, वह गीत लिखो जिहड़ा अपनी पोतरी अपनी दोती दे विच बैठ के सुन सको। गायक वीरां नूं बेनती है वह गाने गाओ जिहड़ा अपनी धी अपनी बच्ची दे विच बैठ के गा ते सुन सको, नहीं तो गुरु नानक साहब का पावन श्लोक पढ़ के वेखो, धन सो कागद कलम धन, धन भांडा धन मस, धन लिखारी नानका जे नाम लिखाया सच। किड्डा कमाल दा लिखारी महाराज कहिंदे ने, ओ लिखारी धन है धन सो कागद, ओदा कागज धन, धन सो कागद कलम धन, ओदी कलम भी धन। क्यों नहीं तुसीं अपनी कलम नूं धन करवा सकदे? ये सिख धर्म दे बानी धन गुरु नानक साहब सच्चे पातशाह जी दे पवित्र हिरदे चो निकली हुई विचार कि धन सो कागद कलम धन, वह कागज धन है वह कलम धन है, धन भांडा वह स्याही की दवात धन है, धन मस वह स्याही धन है। कहिंदे धन लिखारी केवल लिखण वाला आप धन नहीं, वह कागज धन वह दवात धन वह स्याही धन। कहिंदे धन लिखारी नानका जिस नाम लिखाया सच, जिन्हें दुनिया से सच लिखे है वह विचार लिखिया ने जिद नाल मनुख सच नाल जुड़ सके वह लिखारी भी धन है। क्यों नहीं गुरु नानक साहब सच्चे पातशाह जी के पवित्र बचना तो असी लाभ उठा सकते, पर गुरु अमरदास पातशाह जी जिन्हां ने अपनी रचना तो एक होर खुलासा किया। महाराज कहिंदे ने कलम जलों मसवाणी है, कह लगे वह कलम सड़ जाए, गुरु नानक साहब जी कह लगे वह कलम धन है, गुरु अमरदास जी कहिंदे ने कलम जलो मसवाणी है कागद भी जल जाओ, लिखण वाला जल बलो जिन लिखिया दूजा पाओ। कह लगे वह कलम सड़ जाए ओ स्याही समेत दवात सड़ जाए, लिखण वाला सड़ के सुआह हो जाए जिन्हें अपनी कलम नाल ओ विचार लिखे जिस विचार नाल सच का प्यार नहीं रब का प्यार नहीं झूठा प्यार पैदा हुंदा होवे। कलम जलो मसवाणी है कागद भी जल जाओ, लिखण वाला जल बलो जिन लिखिया दूजा पाओ। ते कदी सोच के वेखना साढ़े समाज में तो लिखिया ही हो जा रहा है जिद नाल रब भुले, लिखिया ही हो जा रहा है जिद नाल परिवार दियां कदरां कीमतां गवा जान। कदी सोच के वेखना, हर फिर बेनती कर देवां हर एक मनुख का रोल है इस समाज नूं चंगी सेध देण दा। कई गायक कई कलाकार कई लिखारी सिख घराणियां नाल संबंध रखते हैं, उन्होंने ही उहदे गुरु साहब जी ते उन्ना ही माण है उन्ना ही भरोसा है। कदी गुरु अमरदास जी के पावन बचन अपने, मैं तो लिखारी वीरां नूं बेनती करांगा अपने घरां विच चाहे वह लिखारी कोई गीत लिखण वाला होवे, चाहे कोई साहित्य लिखण वाला होवे, चाहे इतिहास लिखण वाला होवे, इह पंक्तियां गुरु अमरदास जी दियां वी ते गुरु नानक साहब जी दियां पावन पंक्तियां श्लोकां दियां उत्थे लिख लो, दीवार दे नाल चिपका लो जिथे बैठ के तुसी लिखते हो तां कि लिखण वक्त ख्याल आ सके मैं गुरु अमरदास जी दे मुताबिक आ नहीं लिखना। जिहदे करके गुरु अमरदास जी कहिंदे ने कलम जलो मसवाणी है कागद भी जल जाओ, लिखण वाला जल बलो
ਜਿਹਨੇ ਲਿਖਿਆ ਦੂਜਾ ਭਾਉ ਮੈਂ ਉਹ ਲਿਖਣਾ ਜਿਹਦੇ ਨਾਲ ਮੈਂ ਸੱਚ ਲਿਖ ਸਕਾਂ, ਦੁਨੀਆਂ ਨੂੰ ਜਗਾ ਸਕਾਂ, ਦੁਨੀਆਂ ਵਿੱਚ ਕ੍ਰਾਂਤੀ ਪੈਦਾ ਕਰ ਸਕਾਂ, ਦੁਨੀਆਂ ਵਿੱਚ ਇੱਕ ਵਿਚਾਰ ਆ ਸਕੇ। ਜਦੋਂ ਇਹ ਵਿਚਾਰਾਂ ਸਾਡੇ ਪਰਿਵਾਰ 'ਚ ਆਉਣਗੀਆਂ, ਅਕਸਰ ਵੇਖਦੇ ਹਾਂ ਸਾਡੇ ਪੁੱਤਰ ਸਾਡੀਆਂ ਧੀਆਂ ਆਪਣੇ ਕੰਨਾਂ ਦੇ ਵਿੱਚ ਅਕਸਰ ਗੰਦੇ ਗੀਤ ਹੀ ਸੁਣਦੇ ਰਹਿੰਦੇ ਨੇ, ਕਿੱਡਾ ਚੰਗਾ ਹੋਵੇ ਕਿ ਆਸਾ ਕੀ ਵਾਰ ਦਾ ਕੀਰਤਨ ਨਹੀਂ ਸੁਣਿਆ ਜਾ ਸਕਦਾ, ਕਿ ਪਾਵਨ ਬਾਣੀ ਦੀਆਂ ਵਿਚਾਰਾਂ ਨਹੀਂ ਸੁਣੀਆਂ ਜਾ ਸਕਦੀਆਂ। ਪਰ ਨਹੀਂ, ਸਾਨੂੰ ਪ੍ਰੇਰਿਆ ਹੀ ਇਹ ਨਹੀਂ ਜਾ ਰਿਹਾ, ਗਲਤ ਚੀਜ਼ਾਂ ਪਰੋਸ ਕੇ ਸਾਡੇ ਸਾਹਮਣੇ ਰੱਖੀਆਂ ਜਾ ਰਹੀਆਂ ਹਨ। ਮਜਾਜੀ ਇਸ਼ਕ ਦਾ ਇਤਨਾ ਭੂਤ ਸਵਾਰ ਹੋ ਗਿਆ ਕਿ ਜਿਹੜਾ ਹਕੀਕੀ ਇਸ਼ਕ ਭੁੱਲ ਗਿਆ। ਆਓ ਦਿੱਲੀ ਦੇ ਇਤਿਹਾਸ ਦੇ ਉਹ ਪਾਵਨ ਪੰਨੇ ਫਰੋੜ ਕੇ ਵੇਖੋ ਜਿੱਥੇ ਅਸਲੀ ਆਸ਼ਕ ਪੈਦਾ ਹੋਏ। ਦਿੱਲੀ ਦੀ ਉਹ ਧਰਤੀ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਸਾਹਮਣੇ ਕਦੀ ਤਿੰਨ ਆਸ਼ਕਾਂ ਨੇ ਜਿਹਦੇ ਨਾਲ ਇਸ਼ਕ ਕੀਤਾ ਸੀ ਉਹਦੇ ਸਾਹਮਣੇ ਆਪਣੇ ਸਰੀਰ ਦੀ ਵੀ ਅਹੁਤੀ ਦੇ ਦਿੱਤੀ, ਪਰ ਇਸ਼ਕ ਵਿੱਚ ਫਿੱਕ ਨਹੀਂ ਪੈਣ ਦਿੱਤੀ। ਜਦੋਂ ਆਲਾ ਲਿਆਂਦਾ ਗਿਆ, ਲੱਕੜਾਂ ਵਿੱਚ ਬੀੜ ਦਿੱਤਾ ਗਿਆ ਸਤਿਕਾਰਯੋਗ ਭਾਈ ਮਤੀ ਦਾਸ ਜੀ ਨੂੰ, ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗਾ, ਵੇਖੋ ਕੈਸਾ ਆਸ਼ਕ ਹੈ ਜਿਹਦੇ ਸਾਹਮਣੇ ਸਵਾਲ ਰੱਖੇ ਗਏ, ਲਾਲਚ ਰੱਖੇ ਗਏ, ਲੋਭ ਰੱਖਿਆ ਗਿਆ। ਪਰ ਜਿਹੜਾ ਲੋਭ ਦੇ ਉੱਤੇ ਪਿਆਰ ਖਲੋਤਾ ਹੋਵੇ ਉਹ ਪਿਆਰ ਨਿਭਦਾ ਨਹੀਂ। ਪਰ ਇਹ ਪਿਆਰ ਕਿਸੇ ਲੋਭ ਤੇ ਥੋੜਾ ਖਲੋਤਾ ਸੀ, ਇਹ ਤੇ ਅੰਦਰੂਨੀ ਪਿਆਰ ਸੀ, ਅੰਦਰੋਂ ਪਿਆਰ ਪਾਇਆ ਜਾ ਰਿਹਾ ਸੀ। ਇੱਕ ਬੰਨੇ ਸਵਾਲ, ਇੱਕ ਬੰਨੇ ਕਰਾਮਾਤ, ਇੱਕ ਬੰਨੇ ਮੌਤ, ਇੱਕ ਬੰਨੇ ਲਾਲਚ। ਮੌਤ ਪ੍ਰਵਾਨ ਕਰ ਲਈ, ਸਰੀਰ ਤਿਆਗਣਾ ਪ੍ਰਵਾਨ ਕਰ ਲਿਆ, ਪਰ ਜਿਸ ਨਾਲ ਇਸ਼ਕ ਪਾਲ ਕੇ ਬੈਠੇ ਸਨ ਉਸ ਇਸ਼ਕ ਵਿੱਚ ਫਰਕ ਨਹੀਂ ਪੈਣ ਦਿੱਤਾ। ਜਦੋਂ ਭਾਈ ਮਤੀ ਦਾਸ ਜੀ ਦੇ ਸਾਹਮਣੇ ਸਵਾਲ ਆਉਂਦੇ ਨੇ ਤੇ ਉੱਥੇ ਕਵੀ ਬੜੇ ਸੋਹਣੇ ਬੋਲ ਲਿਖਦਾ ਹੈ, ਕਾਜੀ ਆਖਦਾ ਦਸਖਾਂ ਮਤੀ ਦਾਸਾ ਤੇਰੀ ਆਖਰੀ ਇੱਛਾ ਹੱਲ ਹੋਵੇ, ਜੋ ਤੂੰ ਚਾਹੇ ਸੋ ਤੂੰ ਪਾ ਸਕਦਾ ਉਹ ਹਾਜ਼ਰ ਹੀ ਉਸੇ ਪਲ ਹੋਵੇ। ਉਹਨੇ ਕਿਹਾ ਸ਼ਾਇਦ ਡੋਲ ਜਾਏਗਾ, ਸ਼ਾਇਦ ਆਰਾ ਵੇਖ ਕੇ ਇਹਦੀ ਰੂਹ ਕੰਬ ਜਾਏਗੀ, ਇਹ ਕਹੇਗਾ ਮੈਨੂੰ ਇਹ ਮੌਤ ਪ੍ਰਵਾਨ ਨਹੀਂ, ਜੋ ਤੁਸੀਂ ਕਹੋਗੇ ਮੈਂ ਤੁਹਾਡੇ ਮੁਤਾਬਕ ਕਰਨ ਨੂੰ ਤਿਆਰ ਹਾਂ। ਕਾਜੀ ਆਖਦਾ ਦਸਖਾਂ ਮਤੀ ਦਾਸਾ ਤੇਰੀ ਆਖਰੀ ਇੱਛਾ ਹੱਲ ਹੋਵੇ, ਜੋ ਤੂੰ ਚਾਹੇ ਸੋ ਤੂੰ ਪਾ ਸਕਦਾ ਉਹ ਹਾਜ਼ਰ ਹੀ ਉਸੇ ਪਲ ਹੋਵੇ। ਹੱਸ ਕੇ ਕਿਹਾ ਮਤੀ ਦਾਸ ਅੱਗੋਂ ਮੇਰੀ ਆਖਰੀ ਇੱਛਾ ਹੱਲ ਹੋਵੇ। ਉਹਨੇ ਕਿਹਾ ਸ਼ਾਇਦ ਕੁਝ ਮੰਗੇਗਾ, ਕੁਝ ਪਦਾਰਥ ਮੰਗ ਲਵੇਗਾ, ਕੁਝ ਚੀਜ਼ਾਂ ਸੰਸਾਰ ਦੀਆਂ ਮੰਗ ਲਵੇਗਾ, ਮੌਤ ਤੋਂ ਭੱਜ ਆਏਗਾ। ਹੱਸ ਕੇ ਕਿਹਾ ਮਤੀ ਦਾਸ ਅੱਗੋਂ ਮੇਰੀ ਆਖਰੀ ਇੱਛਾ ਹੱਲ ਹੋਵੇ, ਸੀਸ ਮੇਰੇ ਤੇ ਜਦੋਂ ਚੱਲੇ ਆ ਰਹਾ ਮੇਰਾ ਮੁੱਖ ਗੁਰੂ ਪਿੰਜਰੇ ਵੱਲ ਹੋਵੇ। ਮੇਰੀ ਤਮੰਨਾ ਇਹ ਹੈ ਜਦੋਂ ਮੇਰੇ ਸੀਸ ਤੇ ਆ ਰਹਾ ਚੱਲੇ ਤੁਸੀਂ ਮੈਨੂੰ ਦੁਫਾੜ ਕਰੋ, ਮੇਰਾ ਮੁੱਖ ਮੇਰੇ ਸਤਿਗੁਰੂ ਵੱਲ ਕਰਿਓ। ਇਹ ਕੈਸੀ ਆਸ਼ਕੀ ਹੈ, ਸਰੀਰ ਤਾਂ ਕੁਰਬਾਨ ਕਰ ਦਿੱਤਾ ਪਰ ਇਸ਼ਕ ਵਿੱਚ ਫਰਕ ਨਹੀਂ ਪੈਣ ਦਿੱਤਾ। ਅੱਜ ਤਾਂ ਸਿੱਖ ਦਾਵਾ ਵੀ ਕਰਦਾ ਹੈ ਕਿ ਮੈਂ ਆਸ਼ਕ ਹਾਂ ਗੁਰੂ ਦਾ, ਤੇ ਸਾਹਿਬ ਨੇ ਬਾਣੀ 'ਚ ਲਿਖਿਆ, ਸਾਹਿਬ ਜੀ ਕਹਿੰਦੇ ਆਸ਼ਕ ਉਹ ਹੁੰਦਾ ਹੈ ਜਿਹੜਾ ਗਿਣਤੀਆਂ ਮਿਣਤੀਆਂ ਤੇ ਹਿਸਾਬ ਕਿਤਾਬ ਨਾ ਕਰੇ। ਮਹਾਰਾਜ ਕਹਿੰਦੇ ਨੇ ਇੱਕ ਨਹੀਂ ਆਸ਼ਕੀ ਜੇ ਦੂਜੇ ਲੱਗੇ ਜਾਏ, ਤੇ ਨਾਲ ਇਹ ਵੀ ਬਚਨ ਕਹਿਤਾ ਕਿ ਉਹ ਆਸ਼ਕ ਝੂਠਾ ਹੁੰਦਾ ਹੈ ਜਿਹੜਾ ਗਿਣਤੀਆਂ ਮਿਣਤੀਆਂ ਦੇ ਵਿੱਚ ਪੈ ਜਾਏ, ਜਿਹੜਾ ਹਿਸਾਬ ਕਿਤਾਬ ਕਰਦਾ ਹੈ ਲੇਖੇ ਦੇ ਵਿੱਚ ਪੈ ਜਾਂਦਾ ਉਹ ਆਸ਼ਕ ਝੂਠਾ ਹੈ। ਪਰ ਸਾਡੇ ਸਮਾਜ ਵਿੱਚ ਸਿੱਖ ਪਾਠ ਕਰਦਾ ਹੈ ਨਾਲ ਗਿਣਦਾ ਹੈ, ਕਈ ਤਾਂ ਗਿਣ ਕੇ ਪਾਠ ਕਰਾਉਣ ਦੀ ਹਦਾਇਤ ਦਿੰਦੇ ਨੇ। ਭਾਗਾਂ ਵਾਲੇ ਜੇ ਰੱਬ ਨੇ ਪਦਾਰਥ ਗਿਣ ਕੇ ਨਹੀਂ ਦਿੱਤੇ ਉਹ ਦਿੰਦਿਆਂ ਥੱਕਿਆ ਨਹੀਂ, ਕੋਈ ਮਨੁੱਖ ਸੰਸਾਰ ਤੇ ਗਿਣ ਸਕਦਾ ਹੈ ਕਿ ਰੱਬ ਨੇ ਅੱਜ ਤੱਕ ਮੈਨੂੰ 50,000 ਪਦਾਰਥ ਦਿੱਤੇ, ਕੋਈ ਗਿਣਤੀ ਕਰ ਸਕਦਾ ਹੈ? ਸਵਾਸ ਕਿੰਨੇ ਦਿੱਤੇ ਨੇ, ਕਿੰਨਾ ਜੀਵਨ ਦਿੱਤਾ ਹੈ, ਕੀ ਕੁਝ ਮੈਂ ਖਾਧਾ ਹੈ, ਕੀ ਕੁਝ ਮੈਂ ਪਹਿਨੇ। ਸਾਹਿਬ ਜੀ ਤਾਂ ਬਾਣੀ ਦਾ ਬੜਾ ਪਿਆਰਾ ਵਾ ਕਿ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ। ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ, ਦੇਂਦਾ ਦੇ ਲੈਂਦੇ ਥੱਕ ਪਾਹੇ। ਉਹ ਮਾਲਕ ਜੀ ਦਿੰਦਿਆਂ ਥੱਕੇ ਨਹੀਂ ਪਰ ਅਸੀਂ ਲੈਂਦਿਆਂ ਥੱਕ ਗਏ। ਜੇ ਲੈਂਦਿਆਂ ਥੱਕ ਗਏ ਹਾਂ ਕੀ ਯਾਦ ਕਰਨ ਲੱਗੇ ਹਾਂ, ਗਿਣਤੀ ਕਰਨੀ ਪਵੇਗੀ। ਸਮਾਜ ਵਿੱਚ ਗਿਣਤੀਆਂ ਛੱਡੋ, ਕਈ ਵਾਰੀ ਤਾਂ ਤਰੀਕੇ ਦੱਸੇ ਜਾਂਦੇ ਨੇ ਕਿ ਜੇ ਘਰ ਦਾ ਮੁਕੱਦਮਾ ਜਿੱਤਣਾ ਤੇ ਇਹ ਸ਼ਬਦ ਪੜ੍ਹ ਲਓ। ਇਹੋ ਜਿਹੀ ਸਾਡੀ ਕੌਮ ਦੇ ਵਿੱਚ ਗੁਟਕੇ ਵੀ ਛਾਪ ਕੇ ਵੰਡੇ ਜਾ ਰਹੇ ਨੇ, ਜਿਹਨਾਂ ਨੂੰ ਸੰਕਟ ਮੋਚਨ ਕਿਹਾ ਜਾਂਦਾ ਹੈ, ਦੁੱਖ ਭੰਜਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੈਂ ਵੀਰਾਂ ਨੂੰ ਬੇਨਤੀ ਕਰਾਂਗਾ, ਸਿੱਖ ਸੰਗਤ ਨੂੰ ਬੇਨਤੀ ਕਰਾਂਗਾ, ਜਾਗਰੂਕ ਹੋਣ ਦੀ ਲੋੜ ਹੈ। ਗੁਰਬਾਣੀ ਕਿਸੇ ਲਾਲਚ ਵੱਸ ਹੋ ਕੇ ਪੜ੍ਹਨ ਦੀ ਲੋੜ ਨਹੀਂ, ਗੁਰਬਾਣੀ ਮਨੁੱਖ ਦਾ ਜੀਵਨ ਬਦਲਦੀ ਹੈ। ਪਦਾਰਥਾਂ ਦੀ ਪ੍ਰਾਪਤੀ ਵਾਸਤੇ ਬਾਣੀ ਸਿੱਖ ਨੇ ਨਹੀਂ ਪੜ੍ਹਨੀ, ਸਿੱਖ ਨੇ ਬਾਣੀ ਜੀਵਨ ਤਬਦੀਲ ਕਰਨ ਲਈ ਪੜ੍ਹਨੀ ਹੈ। ਪਰ ਹੋ ਰਿਹਾ, ਧੰਦਾ ਚਲਾਉਣਾ ਹੈ,
जे कोई मुकदमा जितना तो इस शब्द में इन्नी बार पढ़ो, जे घर विच औलाद नहीं हुंदी इस शब्द का इन्नी बार पाठ करो, जे घर दे विच तुहाडे लड़ाई रहिंदी है कलेश रहिंदा इस शब्द का इन्नी बार पाठ करो। कईआं ने तां अपने किचनां दे विच लैमीनेशन करा के शब्द लाए हुए ने, शब्द लाने माड़े नहीं पर पिछे भावना गलत है कि शब्द मैं पढ़ूंगा मेरी लड़ाई मुक जानी है। लड़ाई मुकनी उदों है जदों ईरखा वैर विरोध दुख कलेश इन्हां तों उपर उठ के सारिआं नूं एक परिवार के मैंबर मनण लग पए। पागां वाले फिर बेनती कर देवां, जे आशक लेखे विच पै जाए गिणतियां मिणतियां विच पै जाए सतगुर सेती गणित जे रख्या है हालत पलत सब तिसक आ गया। जे गुरु नाल गिणतियां मिणतियां च पै गए अपना अज भी गवा लेंगा ते अपना कल भी गवा लेंगा। इस करके मनुख याद रख रब जी दे नाल गिणतियां मिणतियां विच ना पै। साहब जी कहिंदे ओ प्यार जिहड़ा झूठा संसार ते टिके होया, श्लोक वारां ते वधीक विच गुरु नानक साहब जी का बहुत प्यारा वाक है। महाराज बख्शिश करते हैं नानक दुनिया कैसी होई, महाराज कहिंदे दुनिया कहो जी हो गई है, किन्नी स्वार्थी हो गई है, स्वार्थ ना बज्जा होया प्यो पुत्र नाल, पुत्र प्यो नाल, धी मां नाल, मां धी नाल, पत्नी पति नाल, पति पत्नी नाल। जिहनूं भाई गुरदास जी ने कहा सी स्त्री पुरख है दाम हित भावें आए कितों हो जाए। जे स्त्री ते पुरख का प्यार पैसे करके बन जाए वह जिथे मर्जी जाए, वह जिथे मर्जी जाए कोई किसी पुछने वाला ना हो, प्यार जां परिवार निभ सकते ने। परिवार तो उदो निभदे ने जदों एक दूजे नूं पुछया जाए, एक दूजे दियां कदरां कीमतां नूं समझिया जाए, एक दूजे दे जज्बातां दी कीमत पाई जाए, फिर जाके परिवार चलिया करदे ने। हुण जिहड़ी गल गुरु पिता जी ने पावन बाणी च बयान कीती है, साहिब सच्चे पातशाह जी कहिंदे ने नानक दुनिया कैसी होई, दुनिया कहो जी हो गई है। सालक मित, सालक मित दा अर्थ है धर्मी चंगा इंसान, सालक मित ना रहे हो कोई। कहणगे कोई धर्मी मित्र दिसदा ही नहीं, सारे खाण वाले ने खाऊ जार ने। कई बारी वेखना संसार ते मनुख दूजे नाल दोस्ती प्यार करके पाउंदा है पर दोस्ती सारयां दी प्यार करके नहीं हुंदी। गुरु अर्जन साहब जी का पावन वाक मन मुखां केरी दोस्ती माया का संबंध, कहण लगे वेखदियां ही भज जाण किते ना पाएन बंद। कहण लगे मनमुख बंदियां दी कई बारी दोस्ती माया करके हुंदी है, जिन्नी देर तक तुसी खवाओगे, जिन्नी देर तक पहनण लई कपड़ा दोगे तुहाडे कोलों कुछ मिलेगा तुहाडी दोस्ती है। कहण लगे इस करके जित दिन किशू ना हो गई ते दिन बोलण गंद, जिदन तुहाडी जेब चों पैसे मुक गए तुहाडा खजाना खाली हो गया तुहाडा साथ छड़ जाणगे। इस करके भागां वाले गुरसिखो कदी सोच के वेखना ओ परिवार निभ नहीं पाउंदे जिथे परिवारां दा प्यार किसी लोभ ते खलोता होवे। हुण गुरु नानक साहिब सच्चे पातशाह जी बख्शिश करदे हन नानक दुनिया कैसी होई, दुनिया कहो जी हो गई है, सालक मित ना रहे हो कोई, भाई बंदी हेत चुकाया दुनिया कारण दीन गवाया। कहण लगे कई घर तां पुत्तर जमदा है, कई घर धी जन्म लैंदी है ते उह मनुख धर्म नाल जुड़दा है, कई घर उल्ट हुंदा है पुत्तर धी ने जन्म लिया ते अंदरों रब दा प्यार ही मुका दिता, पहला थोड़ा बहुता धर्म नाल जुड़दा सी, थोड़े बहुते धर्म दियां कारजां च भाग लैंदा सी, औलाद पैदा हो गई धर्मी जीवन चों मुक गया। कह लगे फिर ते मन के चल, ये तेरे अपने नहीं जम बन के आए तेरे वास्ते, कोई जमां दे सिरां ते सिंग नहीं लगे होंदे, इहो ही जम ने जिन्हां ने तेरे हिरदे चों सच भुला दिता। भाई बंदी हेत चुकाया, हेत दा अर्थ है प्यार, जिन्हां ने तेरे अंदरों हेत ही मुका दिता, प्रेम ही मुका दिता ते दुनिया कारण दीन गवाया। दुनिया के पिछे लग के अपना दीन अपना मजहब अपना धर्म इंसानियत के फर्ज अपने मना चो भुला दते। हुण जिहड़ा प्यार असी रब दे वास्ते गुरु वास्ते राखवां रखिया, बाणी दे विच मालक ने प्यार दे संबंध विच बड़ियां प्यारियां दलीलां दित्तियां ने। यह भी आखे हुण मालक जी सानू समझाओ, यह ते सी झूठा प्यार, भैन भरा जगत में झूठी देखी प्रीत, अपने सुख चों सब लागे क्या दारा क्या मीत। यह ते सी झूठा संसार का प्यार जिहड़ा कुछ पदार्थां दे आधार ते जुड़िया होया है।
ਹੁਣ ਸਾਨੂੰ ਦੱਸੋ ਅਸਲੀ ਪਿਆਰ ਕਿਹੜਾ ਹੁੰਦਾ ਹੈ, ਕਿੱਦਾਂ ਪਿਆਰ ਪਾਈਏ? ਮਾਲਕ ਨੇ ਦੋ ਉਦਾਹਰਣਾਂ ਦੇ ਕੇ ਸਾਨੂੰ ਸਮਝਾਇਆ। ਪਹਿਲੀ ਉਦਾਹਰਣ ਮਾਲਕ ਜੀ ਨੇ ਦਿੱਤੀ ਹੈ, ਰੇ ਮਨ ਐਸੀ ਅਰਸ਼ੋਂ ਪ੍ਰੀਤ ਕਰ, ਹੇ ਮੇਰੇ ਮਨ ਇਹੋ ਜਿਹੀ ਰੱਬ ਨਾਲ ਪ੍ਰੀਤ ਪਾ ਜੈਸੀ ਜਲ ਕਮਲੇ। ਮਹਾਰਾਜ, ਜਲ ਦੀ ਕਮਲ ਨਾਲ ਕਿੱਦਾਂ ਦੀ ਪ੍ਰੀਤ ਹੈ? ਜਲ ਕਮਲ ਦੇ ਉੱਤੇ ਪੈਦਾ ਹੁੰਦਾ ਹੈ, ਕਿਹੋ ਜਿਹਾ ਪਿਆਰ ਹੈ? ਕਹਿੰਦੇ ਵੇਖੋ ਕਿੱਦਾਂ ਪਿਆਰਾ ਪਿਆਰ ਹੈ, ਕਮਲ ਫੁੱਲ ਦਾ ਪਾਣੀ ਨਾਲ ਕਿੰਨਾ ਡੂੰਘਾ ਪਿਆਰ ਹੈ। ਕਹਿੰਦੇ ਲਹਿਰੀ ਨਾਲ ਪਛਾੜੀਐ ਭੀ ਵਿਕਸੈ ਸਨੇਹ। ਜਦੋਂ ਹਵਾ ਆਉਂਦੀ ਹੈ ਨਾ, ਤੇ ਪਾਣੀ ਕਮਲ ਫੁੱਲ ਨੂੰ ਬਾਹਰ ਨੂੰ ਧੱਕਦਾ ਹੈ, ਧੱਕੇ ਮਾਰਦਾ ਹੈ, ਬਾਹਰ ਨੂੰ ਉਛਲ ਉਛਲ ਕੇ ਕੰਢਿਆਂ ਵੱਲ ਨੂੰ ਧੱਕਦਾ ਹੈ। ਉਹ ਲਹਿਰਾਂ ਵੱਜਦੀਆਂ ਨੇ, ਧੱਕੇ ਵੱਜਦੇ ਨੇ, ਪਰ ਕਮਲ ਫੁੱਲ ਇਹ ਤੇ ਨਹੀਂ ਕਹਿੰਦਾ ਅੱਜ ਮੈਨੂੰ ਪਾਣੀ ਨੇ ਧੱਕੇ ਮਾਰੇ, ਅੱਜ ਮੈਂ ਖਿੜਨਾ ਕੋਈ ਨਹੀਂ, ਅੱਜ ਮੈਂ ਖੁਸ਼ਬੂ ਨਹੀਂ ਦੇਣੀ, ਅੱਜ ਮੈਂ ਵਿਗਾਸ ਵਿੱਚ ਨਹੀਂ ਆਉਣਾ। ਉਹ ਧੱਕੇ ਖਾ ਕੇ ਵੀ ਵਿਗਾਸ ਦੇ ਰਹੇ ਹੈ। ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਕਹਿਣ ਲੱਗੇ ਜੈਸੀ ਜਲ ਕਮਲੇ, ਜਿਹੋ ਜੀ ਜਲ ਦੀ ਕਮਲ ਨਾਲ ਹੈ, ਕਹਿਣ ਲੱਗੇ ਲਹਿਰੀ ਨਾਲ ਪਛਾੜੀ ਹੈ ਭੀ ਵਿਗਸੈ ਅਸਨੇ। ਉਹਦਾ ਕਿੰਨਾ ਡੂੰਘਾ ਪਿਆਰ ਹੈ, ਧੱਕੇ ਖਾ ਕੇ ਵੀ ਵਿਗਾਸ ਵਿੱਚ ਹੈ, ਛੇੜੇ ਵਿੱਚ ਹੈ। ਦੂਜੀ ਉਦਾਹਰਨ ਦਿੱਤੀ ਮੇਰੇ ਮਾਲਕ ਨੇ, ਕਹਿਣ ਲੱਗੇ ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆ ਵੱਟਣ ਆਪੇ ਖਵੈ ਦੁੱਧ ਕੋ ਖਪੜ ਨਾ ਦੇ। ਕਦੀ ਵੇਖਣਾ ਜਦੋਂ ਅਸੀਂ ਦੁੱਧ ਨੂੰ ਬਰਤਨ ਵਿੱਚ ਪਾ ਕੇ ਗਰਮ ਕਰਦੇ ਹਾਂ ਤੇ ਨਾਲ ਕੁਝ ਪਾਣੀ ਦੀਆਂ ਬੂੰਦਾਂ ਪਾਈਆਂ ਜਾਂਦੀਆਂ ਨੇ, ਉਹ ਪਾਣੀ ਦੀਆਂ ਬੂੰਦਾਂ ਕਿਸ ਵਾਸਤੇ? ਤਾਂ ਕਿ ਦੁੱਧ ਥੱਲੇ ਨਾ ਲੱਗੇ। ਸਿਆਣੀਆਂ ਸਵਾਣੀਆਂ ਭੈਣਾਂ ਨੂੰ ਪਤਾ ਹੈ ਜੇ ਇਕੱਲਾ ਦੁੱਧ ਕਿਸੇ ਬਰਤਨ ਚ ਪਾ ਕੇ ਚੁੱਲ੍ਹੇ ਤੇ ਰੱਖ ਦਈਏ ਤੇ ਦੁੱਧ ਥੱਲਿਓਂ ਸੜ ਜਾਂਦਾ, ਨਾਲ ਬਰਤਨ ਦੇ ਲੱਗ ਜਾਂਦਾ, ਬਰਤਨ ਵੀ ਕਾਲਾ ਕਰਦਾ, ਆਪਣਾ ਆਪ ਵੀ ਸੜਦਾ। ਪਰ ਕੁਝ ਪਾਣੀ ਪਾਉਣ ਨਾਲ, ਪਾਣੀ ਦੀਆਂ ਬੂੰਦਾਂ ਪਾਉਣ ਨਾਲ ਕੀ ਹੁੰਦਾ ਹੈ? ਪਾਣੀ ਕਹਿੰਦਾ ਹੈ, ਹੇ ਦੁੱਧ, ਜੇ ਤੂੰ ਮੈਨੂੰ ਆਪਣੀ ਸ਼ਰਨ ਵਿੱਚ ਰੱਖਦਾ ਹੈ ਨਾ, ਇਹਦਾ ਮੈਂ ਮੁੱਲ ਵੀ ਅਦਾ ਕਰਾਂਗਾ। ਤੇ ਦੁੱਧ ਕਹਿੰਦਾ ਕੀ? ਕਹਿੰਦਾ ਮੁੱਲ ਇਹ ਅਦਾ ਕਰਾਂਗਾ, ਜਿੱਦਣ ਤੈਨੂੰ ਤੇ ਮੈਨੂੰ ਕਿਸੇ ਬਰਤਨ ਚ ਪਾ ਕੇ ਅੱਗ ਤੇ ਰੱਖਿਆ ਜਾਏਗਾ, ਤੇਰੇ ਤੋਂ ਪਹਿਲਾਂ ਮੈਂ ਆਪਣੇ ਆਪ ਤੇ ਸੇਕ ਝੱਲਾਂਗਾ। ਤੇ ਕਦੀ ਵੇਖਣਾ ਜਦੋਂ ਦੁੱਧ ਉਬਾਲਾ ਖਾਂਦਾ ਹੈ ਨਾ, ਪਹਿਲਾਂ ਭਾਫ਼ ਬਣ ਕੇ ਪਾਣੀ ਉੱਡਦਾ ਉਹਦੇ ਵਿੱਚੋਂ, ਦੁੱਧ ਤਾਂ ਰਹਿ ਜਾਂਦਾ ਹੈ। ਕਹਿੰਦਾ ਪਹਿਲਾਂ ਸੇਕ ਆਪਣੇ ਸਰੀਰ ਤੇ ਝੱਲਾਂਗਾ। ਸਿੱਖ ਕਹਿੰਦਾ, ਗੁਰੂ ਸਾਹਿਬਾਨ, ਜੇ ਮੈਨੂੰ ਆਪਣੀ ਚਰਨ ਸ਼ਰਨ ਦਿੱਤੀ ਹੈ ਤੇ ਮੈਂ ਇਸ ਪਿਆਰ ਵਿੱਚ ਫਿੱਕ ਨਹੀਂ ਪੈਣ ਦੇਵਾਂਗਾ। ਮਾਲਕ ਜੀ, ਜੇ ਤੁਸਾਂ ਸਾਡੇ ਤੋਂ ਚਾਰ ਬੱਚੇ ਕੁਰਬਾਨ ਕੀਤੇ ਨੇ, ਮੇਰੇ ਤੇ ਐਸੀਆਂ ਉਮੀਦਾਂ ਲਾਈਆਂ ਨੇ, ਕਦੀ ਤਵਾਰੀਖ ਦੇ ਪੰਨੇ ਪੜ ਕੇ ਵੇਖੋ। ਸਤਿਕਾਰਯੋਗ ਬਾਬਾ ਬੰਦਾ ਸਿੰਘ ਬਹਾਦਰ ਜੀ, ਜਿਨ੍ਹਾਂ ਦੀ ਕੌਮ ਕਦੀ ਦੇਣ ਨਹੀਂ ਦੇ ਸਕਦੀ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਚਾਰ ਸਾਹਿਬਜ਼ਾਦੇ ਵਾਰ ਕੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੇ ਹਨ, ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਨੂੰ ਤੋਰਦੇ ਹਨ। ਕਈ ਵਾਰ ਕਈਆਂ ਰਾਈਟਰਾਂ ਨੇ, ਕਈ ਲਿਖਾਰੀਆਂ ਨੇ ਇਹੋ ਜਿਹੀਆਂ ਤੋਹਮਤਾਂ ਲਾ ਦਿੱਤੀਆਂ ਸਤਿਕਾਰਯੋਗ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ। ਗੁਰੂ ਸਾਹਿਬ ਨੇ ਕਿਹਾ ਸੀ ਵਿਆਹ ਨਾ ਕਰਾਈ, ਉਹਨੇ ਵਿਆਹ ਕਰਾ ਲਿਆ। ਗੁਰੂ ਸਾਹਿਬ ਜੀ ਦੇ ਹੁਕਮ ਤੋਂ ਉਲਟ ਚਲਾ ਗਿਆ। ਭਾਗਾਂ ਵਾਲੇ ਗੁਰਸਿੱਖੋ, ਜੇ ਨੌ ਗੁਰੂ ਪਾਤਸ਼ਾਹ ਖੁਦ ਗ੍ਰਿਸਤੀ ਨੇ, ਉਹ ਆਪਣੇ ਸਿੱਖ ਨੂੰ ਕਿਵੇਂ ਕਹਿਣਗੇ ਤੂੰ ਗ੍ਰਿਸਤ ਤਿਆਗ ਦੇ? ਮੇਰੇ ਮਾਲਕ ਨੇ ਐਸਾ ਕੋਈ ਹੁਕਮ ਨਹੀਂ ਕੀਤਾ ਕਿ ਤੂੰ ਆਨੰਦ ਕਾਰਜ ਨਹੀਂ ਕਰਾਉਣਾ। ਕਰਾਇਆ ਸੀ ਆਨੰਦ ਕਾਰਜ ਸਤਿਕਾਰਯੋਗ ਬਾਬਾ ਬੰਦਾ ਸਿੰਘ ਬਹਾਦਰ ਨੇ। ਕੀ ਦੁਨੀਆਂ ਤੇ ਐਸਾ ਹੋ ਸਕਦਾ ਪਿਤਾ ਜੋ ਆਪ ਕੰਮ ਕਰੇ ਪੁੱਤਰ ਨੂੰ ਉਸ ਕੰਮ ਤੋਂ ਰੋਕੇ? ਮੇਰੇ ਮਾਲਕ ਜੀ ਨੇ ਆਪ ਗ੍ਰਿਸਤ ਧਾਰਨ ਕੀਤਾ। ਚਾਰ ਸਪੁੱਤਰ ਸਨ ਮੇਰੇ ਮਾਲਕ ਜੀ ਦੇ, ਕੀ ਆਪਣੇ ਉਸ ਯੋਧੇ ਸਪੁੱਤਰ ਨੂੰ, ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਗੱਲ ਕਹਿ ਸਕਦੇ ਹਨ ਕਿ ਤੁਸੀਂ ਆਨੰਦ ਕਾਰਜ ਨਹੀਂ ਕਰਾਉਣਾ? ਆਨੰਦ ਕਾਰਜ ਕਰਾਇਆ ਹੈ, ਆਪਣਾ ਨਾਮ ਨਹੀਂ ਚਪਾਇਆ। ਸੰਸਾਰ ਤੇ ਬੜੇ ਲੋਕਾਂ ਨੇ ਤੋਹਮਤਾਂ ਲਾਉਣ ਦੀਆਂ ਗੱਲਾਂ ਕੀਤੀਆਂ। ਕਾਸ਼ ਸਾਡੀ ਕੌਮ ਨੂੰ ਭਾਵੇਂ ਕਾਫੀ ਦੇਰ ਬਾਅਦ ਯਾਦ ਆਇਆ, ਦਿਨ ਮਨਾਇਆ ਗਿਆ ਖਾਲਸੇ ਦਾ ਸਥਾਪਨਾ ਦਿਵਸ। ਕਿੱਡਾ ਚੰਗਾ ਹੁੰਦਾ ਇਹ ਦਿਨ ਅੱਜ ਤੋਂ ਕਈ ਸਾਲ ਪਹਿਲਾਂ ਮਨਾਏ ਜਾਂਦੇ। ਫਿਰ ਬੇਨਤੀ ਕਰ ਦੇਵਾਂ, ਹੋਇਆ ਸਾਡੇ ਸਮਾਜ ਤੇ ਹੌਲੀ ਹੌਲੀ ਅਸਰ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ, ਜਿਹੜੇ ਬਾਬੇ ਸਾਡੀਆਂ ਜ਼ਮੀਨਾਂ ਹੜੱਪ ਕਰ ਗਏ, ਜਿਹੜੇ ਕਿਸਾਨਾਂ ਦੀਆਂ ਨਿੱਜੀ ਜ਼ਮੀਨਾਂ ਤੇ ਕਬਜ਼ੇ ਕਰ ਗਏ, ਉਹਨਾਂ ਦੀਆਂ ਤੇ ਬਰਸੀਆਂ ਸਾਲਾਂ ਚ ਦੋ ਦੋ ਵਾਰ ਮਨਾਈਆਂ ਜਾਂਦੀਆਂ। ਜਿਸ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀਆਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਉਹਨੂੰ ਕਈ ਸਾਲ ਬਾਅਦ ਯਾਦ ਕੀਤਾ ਗਿਆ। ਫਿਰ ਵੀ ਸ਼ੁਕਰ ਹੈ, ਧੰਤਾ ਦੀ ਪਾਤਰ ਹੈ ਉਹ ਕੌਮ ਜਿਨ੍ਹਾਂ ਨੇ ਯਾਦ ਤੇ ਕੀਤਾ ਕਿ ਸਾਡੀ ਕੌਮ ਚ ਐਸੇ ਵੀ ਯੋਧੇ ਹੈਗੇ ਨੇ
जिन्ह ने कुर्बानियां कीतियां। आओ जिवें सत्कारयोग बाबा बंदा सिंह बहादुर नूं कई सालां बाद याद कीता है, इदां भाई तारू सिंह नूं भी याद कर लईए। इदां भाई तारू सिंह दा भी कोई सालाना दिन मनाउणा शुरू कर दिए। इदां भाई मती दास ते सती दास दा भी मनाउणा शुरू कर दिए, क्योंकि जदों भाई तारू सिंह जी महान योधे दा दिन मनाओगे, कोई ढाडी प्रचारक कविशर जदों उहदे साके नूं सुनाएगा, हो सकदा किसे धी ते असर हो जाए, वह ब्यूटी पार्लर की दुकान पर ना जाए, हो सकता किसी पुत्र से असर हो जाए, वह अपने विरसे नूं संभाल लवे। बच जाओ इन्हां अखौती लोगों तो, एक सिद्धांत ना जुड़ जाइए, एक विचार ना जुड़ जाइए। तो कई बार कहा जाता बंदा सिंह बहादुर बारे, उन्हें अपना नाम जपाया, भागा वाले गुरसिखो कितनी वफादारी है। जे बंदा सिंह बहादुर गुरु के हुक्मों मुताबक नहीं तुर सकिया, यह उलामा फिर गुरु से जाता, जेड़े भी लखारी जां जेड़े प्रचारक बंदा सिंह बहादुर से तोहमत लाउंदे ने, यह तोहमत बंदा सिंह बहादुर से नहीं गुरु से लगती है, क्योंकि बंदा सिंह बहादुर नूं चोण करके पंजाब भेजना गुरु की चोण सी। इहदा अर्थ गुरु साहब चोण सही बंदे की नहीं कर सके। इहदा अर्थ जे बंदा सिंह बहादुर गुरु के हुक्मां तों उल्ट चला गया, इहदा उलामा बंदा सिंह बहादुर से नहीं गुरु साहब से जाता है। नहीं भागा वाले वह तो योधा इदां दा सी, इसे दिल्ली की धरती से जदों उहदे सामने सौ सौ सिख नूं शहीद किया जाता है, आखिर इस वास्ते यह डोल जाए, यह घबरा जाए, यह सिखां दियां सिरां दियां खोपरियां वेख के डर जाए। पर वह योधा कित्थों डरेगा, जदों समा आया उस योधे नूं सामने शहादत का जाम पीण दा, उहदे पुत्र अजय सिंह नूं धरती ते लटाया गया, बड़े डरावे लाज दिते गए। भागा वाले वो अपने बच्चे का दिल कढ़वा के मूंह च पाउण नूं तैयार हो गया, पर गुरु के असूलां नाल जां समझौता नहीं किया, सिखी नूं बेदावा नहीं दिता। जलाद पुछदा है, वो कहिंदा बंदा सिंह बहादुर जी मैं तेरी हिस्टरी पढ़ी है, मैं तवारीख दे पन्ने पढ़े ने, मैं नौकर हाँ सरकार दा, मेरी नौकरी है फतवा पढ़ना, मेरी नौकरी है तेरे जमूरां नाल मास नोचना, पर की करां तवारीख दे पन्नियां तो पढ़िया है, किसे समय तेरे को हिरन मरी सी, उहदे पेट च बच्चे सन, तू वैरागी बन गया सी, वो इन्ना पत्थर दिल हो गया है, किसे समय एक जानवर के बच्चे वेख के वैरागी हो गया सा, अज तेरे बच्चे का दिल कढ़ के मैं मूंह च पा रहा, तू डोलदा क्यों नहीं। ते सत्कारयोग बाबा बंदा सिंह बहादुर ने गल कही सी, उन्हें आख्या जलाद अपनी ड्यूटी ईमानदारी नाल कर, जिदन हिरन के बच्चे मरे सन मैं वैरागी बनिया सी, कह लगे उदन मैं चेला भी उन्हां साधां दा सी जिहड़े पैर थल्लों कीड़ी आके मर जाए, ते कहिंदे सन पाप हो गया, अज मैं उस गुरु दा सिख हां जिसने मनुखता तो अपने बच्चे तक कुर्बान कर दिते हन। कदी सोच के वेखो भागा वालिओ, उस महान योधे नाल किन्नी बेइंसाफी कीती है, इसे धरती ते इस पावन अस्थान ते उस योधे दे नाल जो कुछ होया सारिआं नूं पता है। इहो दिल्ली की धरती है जिथे बच्चे का दिल कढ़ के उहदे मूंह च पाया गया, उहदे जमूरां नाल नहुं खिचे गए, जींदे दीआं अखां बाहर कढ़ दित्तीआं गईआं, जिउंदे दा मास नोचिआ गया, लाश नहीं वेखी जा सकदी। अज दे समें च जवान पुत्तर की लाश आ जाए ते बाप नूं लोकी फड़ फड़ के रोटी खवाउंदे ने, भी आ रोटी खा लै, दुनिया नाल हुंदा आया, तेरे नाल वखरा नहीं होया, पर वाह मेरे मालिक जी जदन चमकौर की गली छड़ के आए सी, किसी ने नहीं तुहानू कहा गुरु गोबिंद सिंह जी मुख विच प्रशादा पा लो, बच्चे तो दुनिया तो कुर्बान हुंदे आए ने, ना शायद उन्हां मावां नाल इदां वापरिया होवे कि ज सारी दिहाड़ी उन्होंने अपने बच्चों के गलों में टोटे पवा रखे, शामां नूं प्रशादे का टाइम आया होएगा, कोई हिरख करन आया होएगा, कोई अफसोस यार करन आया होएगा, बिल्कुल नहीं। अफसोस तां एक दूजे नाल यार करदे जे दूजी भैण नाल ना वापरिया हुंदा, हर भैण ने अपने गले विच अपनी कुख तों जन्म देण तों बाद अपने बच्चे दे टुकड़े पवाए सन। यह असली इश्क सी, असली प्यार सी, जिहड़ा सदा ही ताजा रहिंदा है, सदा ही पक्का रहिंदा। काश साडी कौम नूं, मेरियां भैणां नूं, मेरियां बच्चियां नूं, मेरियां भरावां नूं, साडे माता पिता बुजुर्गां नूं यह असली प्यार करना आ जाए, अपने गुरु नाल संसार की झूठी आशकी तो उपर उठ के ऐसे आशक बन जाइए जेड़े इश्क करदिया करदिया अपना शरीर तक कुर्बान कर देंदे हैं। मेरे मालिक जी ने अज के पावन शब्द विच विचार बख्शिश किए ने, वह नेह नवेला, नेह दा अर्थ प्रेम, वह प्यार सदा ही नवेला रहिंदा है, सजरा रहिंदा है। किहड़ा प्रेम, मालिक जी कहिंदे ने अपने प्रीतम स्यों लाग रहै, जिहड़ा प्यार अपने प्रीतम नाल लग्या रहिंदा ना, जिहड़े प्रीतम जिहड़े प्यार करके रब नाल मनुख साझ पाउंदा, कहिंदे उह प्रेम सदा सजरा रहिंदा। संसार दे प्यार तां समां पा के बदल जांदे,
संसार दे प्यार तां झूठे पै जांदे, संसार ते तां ऐसा ही हुंदा है, तुसी किसे दे नाल संबंध जोड़ो, जे ते तुसी कुछ खाण नूं दिंदे हो कई वारी वेखना, जे ते पुत्तर भी कमाऊ होवे मां बाप नूं चंगा लगदा है, जे पुत्तर कमाऊ ना होवे मां बाप नूं चंगा नहीं लगदा। कदी वेखना किसे दे घर च कमाऊ पुत्तर चढ़ाई कर जाए, परिवार मुड़ के खड़ा नहीं हो पाउंदा, कोई वेलड पुत्र चढ़ाई कर जाए तो अफसोस घट हुंदा है, भावें हुंदा ते जरूर है पर उन्ना नहीं हुंदा जिन्ना कमाऊ दे नाल हुंदा। उहदी वजह यह हुंदी है क्योंकि संबंध सुखां नाल जुड़िया होया, उस वक्त जदों लाश पई हुंदी है बंदा बैठा सोच रहा हुंदा जिहड़ा इहदे राहीं सुख आ रहा सी, जो धन पदार्थ इहदे राहीं आ रहे सन हुण किहदे राहीं आउणगे, ते जदों कोई वेलड चला जांदा है उस वक्त यह ख्याल नहीं आउंदा, कहिंदे पहिलां किहड़ा कमाई करदा सी, चला गया हैगा सी तां वी, ना हैगा तां वी, कोई खास फर्क नहीं पैण वाला, भागां वाले उस संबंध सुखां नाल जुड़िया होया है, जिहदे तों कुछ मिलदा है उहदे जाण नाल मनुख अफसोस यार करदा। काश किते सच्चा प्रेम साडा गुरु जी नाल रब जी नाल जुड़ जाए। मालक जी ने बख्शिश की है, कहिंदे ओ नेह नवेला, उहदा प्रेम सदा ही नवा ते नवेला है, सजरा है, अपने प्रीतम स्यों लाग रहा है, जिन्हां दा प्रेम अपने प्रीतम दे नाल जुड़िया रहिंदा है। साहब जी अगे बख्शिश करदे ने, जो प्रभ भावै, जिहड़े प्रेम करके रब जी नूं पाउंदे हन चंगे लगदे हन, जिहड़े प्रेम करके अपनी जगह मालक जी दे हिरदे विच बना लैंदे ने, जो प्रभ भावै जन्म न आवै, ਉਹ ਫਿਰ ਜਨਮ ਚ ਨਹੀਂ ਆਉਂਦੇ, ਭਾਵ ਜੰਮਣ ਮਰਨ ਦੇ ਗੇੜ ਚੋਂ ਮੁਕਤ ਹੋ ਜਾਂਦੇ ਨੇ। ਰੋ ਜੰਮਣ ਮਰਨ ਵਾਲੀ ਕਿਰਿਆ, ਪਰ ਧਨ ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤੈ ਫੁਨ ਫੁਨ ਇਹ ਪ੍ਰਸੰਗ ਨਾ ਟੂਟੈ, ਆਵਾਗਮਨ ਤੋਂ ਮੁੱਕ ਜਾਂਦੇ ਨੇ, ਸਤਿਗੁਰ ਕੈ ਜਨਮੈ ਗਮਨ ਮਿਟਾਇਆ, ਉਹ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਗਮਨ ਮੁਕਾ ਲੈਂਦੇ ਨੇ, ਜੰਮਣ ਮਰਨ ਵਾਲੀ ਕਿਰਿਆ ਤੋਂ ਉੱਪਰ ਉੱਠ ਜਾਂਦੇ ਨੇ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜੋ ਪ੍ਰਭ ਭਾਵੈ ਜਨਮ ਨ ਆਵੈ, ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ। ਕਹਿਣ ਲੱਗੇ ਉਹਨਾਂ ਨੇ ਆਪਣੇ ਹਿਰਦੇ ਵਿੱਚ ਰੱਬ ਜੀ ਵਾਸਤੇ ਪ੍ਰੇਮ ਪੈਦਾ ਕਰ ਲਿਆ, ਉਹਦੀ ਭਗਤੀ ਵਾਸਤੇ ਉਹਦੇ ਗੁਣਾਂ ਵਾਸਤੇ ਪ੍ਰੇਮ ਪੈਦਾ ਕਰ ਲਿਆ, ਪ੍ਰੀਤ ਰਚੈ, ਉਹ ਸਦਾ ਹੀ ਰੱਬ ਦੀ ਪ੍ਰੀਤ ਵਿੱਚ ਰੱਬ ਦੇ ਪ੍ਰੇਮ ਵਿੱਚ ਮਸਤ ਰਹਿੰਦੇ ਹਨ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਪ੍ਰਭ ਸੰਗ ਮਲੀ ਜੈ। ਹੇ ਭਾਈ, ਜੇ ਤੂੰ ਪ੍ਰਭੂ ਦੇ ਨਾਲ ਮਿਲਣਾ ਚਾਹੁੰਦਾ ਹੈ, ਪਰਮਾਤਮਾ ਦੇ ਵਿੱਚ ਇੱਕਮਿਕ ਹੋਣਾ ਚਾਹੁੰਦਾ, ਉਹਦਾ ਇੱਕੋ ਤਰੀਕਾ ਹੈ, ਇਹ ਮਨ ਦੀ ਜੈ, ਆਪਣਾ ਮਨ ਤੈਨੂੰ ਸੌਂਪਣਾ ਪਵੇਗਾ, ਆਪਣਾ ਮਨ ਗੁਰੂ ਨੂੰ ਦੇਣਾ ਪਵੇਗਾ। ਤੇ ਅੱਜ ਸਭ ਤੋਂ ਦੁੱਖ ਵਾਲੀ ਗੱਲ ਤੇ ਇਹ ਹੀ ਹੈ, ਅਸੀਂ ਤਨ ਗੁਰੂ ਅੱਗੇ ਝੁਕਾਉਂਦੇ ਹਾਂ, ਮਨ ਗੁਰੂ ਅੱਗੇ ਝੁਕਦਾ ਨਹੀਂ। ਜਿੱਦਣ ਮਨ ਝੁਕ ਗਿਆ ਉਦੋਂ ਗੁਰੂ ਦੇ ਅੱਗੇ ਸੀਸ ਝੁਕਾਉਣ ਤੋਂ ਬਾਅਦ ਦੂਜੇ ਅੱਗੇ ਝੁਕਾਉਣ ਨੂੰ ਚੇਤੀ ਨਹੀਂ ਕਰਨਾ, ਕਿਉਂਕਿ ਮਨ ਆਪਣਾ ਨਹੀਂ ਹੋਣਾ, ਮਨ ਤੇ ਗੁਰੂ ਦਾ ਹੋਣਾ ਹੈ। ਹੁਣ ਇਹਦਾ ਅਰਥ ਇਹ ਹੈ ਕਿ ਜਦੋਂ ਸਿਰ ਕਿਸੇ ਹੋਰ ਅੱਗੇ ਜਾ ਕੇ ਝੁਕਦਾ ਹੈ, ਇਹਦਾ ਅਰਥ ਮਨ ਨਹੀਂ ਝੁਕਾਇਆ, ਮਨ ਦੀ ਨਮਸਕਾਰ ਨਹੀਂ ਕੀਤੀ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਪ੍ਰਭ ਸੰਗ ਮਲੀ ਜੈ, ਇਹ ਮਨ ਦੀ ਜੈ, ਨਾਨਕ ਨਾਮ ਮਿਲੇ ਆਪਣੀ ਦਇਆ ਕਰੋ। ਹੇ ਨਾਨਕ ਜੀ, ਆਖ ਮਾਲਕ ਮੈਨੂੰ ਬਖਸ਼ਿਸ਼ ਕਰੋ, ਮੇਰੇ ਤੇ ਮੈਨੂੰ ਤੁਹਾਡਾ ਨਾਮ ਮਿਲੇ, ਭਾਵ ਮੈਂ ਇਨਸਾਨੀਅਤ ਵਾਲੇ ਗੁਣ ਸਮਝ ਸਕਾਂ, ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਤੁੱਠੋ, ਮੇਰਾ ਪ੍ਰੇਮ ਤੁਹਾਡੇ ਨਾਲ ਬਣ ਸਕੇ, ਮੇਰੀ ਪ੍ਰੀਤ ਤੁਹਾਡੇ ਨਾਲ ਸਾਂਝ ਪੈ ਸਕੇ, ਇਹ ਪ੍ਰੀਤ, ਇਹ ਪਿਆਰ, ਇਹ ਮੁਹੱਬਤ ਮੇਰੀ ਤੁਹਾਡੇ ਨਾਲ ਜੁੜ ਸਕੇ। ਤੇ ਬਾਬਾ ਫਰੀਦ ਜੀ ਦਾ ਪਾਵਨ ਸਲੋਕ ਅਖੀਰ ਵਿੱਚ ਕਹਿ ਕੇ ਤੁਹਾਡੇ ਕੋਲੋਂ ਖਿਮਾ ਮੰਗਾਂ। ਬਾਬਾ ਫਰੀਦ ਜੀ ਕਹਿੰਦੇ ਨੇ, ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਮੈਨੂੰ ਜਵਾਨੀ ਦਾ ਗਮ ਨਹੀਂ ਕਿ ਚੱਲੀ ਹੈ, ਮੈਨੂੰ ਤਾਂ ਗਮ ਇਸ ਗੱਲ ਦਾ ਪ੍ਰੀਤ ਨਾ ਮੁੱਕ ਜਾਏ ਰੱਬ ਦੀ। ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਖ ਗਏ ਕੁਮਲਾਏ। ਪਤਾ ਨਹੀਂ ਕਿੰਨੀਆਂ ਜਵਾਨੀਆਂ ਜਿਹੜੀਆਂ ਰੱਬ ਦੀ ਪ੍ਰੀਤ ਤੋਂ ਬਿਨਾਂ ਕੁਮਲਾਈਆਂ ਫਿਰਦੀਆਂ ਨੇ, ਨਸ਼ਿਆਂ ਦੇ ਵਿੱਚ, ਵਿਭਚਾਰਾਂ ਦੇ ਵਿੱਚ, ਮਾੜਿਆਂ ਕੰਮਾਂ ਦੇ ਵਿੱਚ। ਮੈਨੂੰ ਜਵਾਨੀ ਦਾ ਫਿਕਰ ਨਹੀਂ, ਮੈਨੂੰ ਤਾਂ ਫਿਕਰ ਉਸ ਪ੍ਰੇਮ ਦਾ ਹੈ। ਜੇ ਪ੍ਰੇਮ ਮੁੱਕ ਗਿਆ ਤੇ ਜਵਾਨੀ ਦਾ ਕੀ ਹੈ? ਜਵਾਨੀ ਆਈ ਨਾ ਆਈ ਇੱਕ ਬਰਾਬਰ ਹੈ, ਪ੍ਰੇਮ ਮੁੱਕ ਗਿਆ ਤੇ ਜਵਾਨੀ ਦੀ ਚਿੰਤਾ ਮੈਨੂੰ ਨਹੀਂ ਹੋਏਗੀ। ਇਸ ਕਰਕੇ ਮੇਰੀ ਅਰਦਾਸ ਹੈ, ਪ੍ਰੇਮ ਨਾ ਮੁੱਕੇ, ਜਵਾਨੀ ਦੀ ਚਿੰਤਾ ਕੋਈ ਨਹੀਂ। ਉਹ ਮਹਾਨ ਯੋਧੇ ਜਿਨ੍ਹਾਂ ਨੇ ਰੱਬੀ ਪ੍ਰੇਮ ਆਪਣੇ ਮਨਾਂ ਵਿੱਚ ਪਾਲਿਆ, ਪਰ ਆਪਣੇ
प्रेम विच फर्क नहीं पैन दिता, भावें जवानियां गुरु तो कुरबान कर दित्तियां। इस करके साडा सारिआं दा फर्ज बनता है कि प्रेम विच फिक ना पवे। जवानी की कोई गल नहीं, जवानी चली जाएगी परवाह कोई नहीं, पर प्रेम दे विच डूंगी सांझ मालक नाल सच नाल बनी रहे। साडे सारे वीरां नूं बेनती है कि जे असीं अपनियां जिम्मेवारियां समझ के, परिवारां दीआं जिम्मेवारियां समझ के, जिहड़ा प्यार असीं झूठियां कम्मां ते लुटा रहे हां, यह असली इश्क असली प्यार अपने गुरु दे जोगा राखवां रखिए, गुरु नाल प्यार पाइए, तां कि साडे घरां विच परिवारां विच प्यार इतफाक वाला जीवन आ सके। इन्नियां कि बेनतियां प्रवान भुल्लां चुकां दस दियां, बचन चंगे लगे होण सतगुरु जी दे जान के हिरदे विच वसाउण दा यतन करना जी। गज के बुलाओ फतेह, आखो जी वाहेगुरु जी का खालसा वाहेगुरु जी की फतेह, 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 वाहेगुरु जी।